ਹਾਂਜੀ ਹੁਣ ਸ਼ੁਰੂ ਸੁਣਾ। ਸ਼ੁਰੂ ਜਿੱਥੋਂ ਕਿਤਾਬ ਸ਼ੁਰੂ ਕਰਦਾ ਉੱਥੇ ਉਹਨੇ ਲਿਖਦੇ ਲਫ਼ਜ਼ ਉਹ। ਹਾਂਜੀ ਕੁਝ ਸਮਝੇ ਜਾਂ ਨਾ ਸਮਝੇ, ਇਹ ਸਮਝਦੇ ਵੀ ਫਲਾਣਿਆਂ ਦੀ ਹੀਰ ਸੀ ਜੀ, ਸੈਲਾਂ ਦੀ ਹੀਰ ਸੀ, ਰਾਂਝਾ ਤਖ਼ਤ ਸਜਾਣੇ ਦਾ ਸੀਗਾ, ਸੈਲਾਂ ਦਾ ਫਲਾਣਾ ਦਾ, ਹੈ ਇਹ ਗੱਲ ਹੈ ਨਹੀਂ ਸੀ ਅਸਲ ਬਾਰੇ ਸ਼ਾਹ ਜੀ ਦੀ ਜਿਹੜੀ ਲਿਖਣ ਦੀ ਗੱਲ ਹੈ। ਹੁਣ ਤਾਂ ਲਿਖਿਆ ਵੀ ਹੀਰ ਰੂਹ ਅਤੇ ਚਾਕ ਕਲਬੂਤ ਜਾਣੋ, ਬਾਲਾ ਨਾਥ ਪੀਰ ਬਣਾਇਆ ਜੀ, ਪੰਜੇ ਪੀਰ ਨੇ ਪੰਜੇ ਹਵਾਸ ਤੇਰੇ, ਜਿਨ੍ਹਾਂ ਨੇ ਥਾਪਣਾ ਦੁੱਧ ਨੂੰ ਲਾਇਆ ਜੀ, ਮਲਕੀ ਚੂਚਕ ਦੇ ਫਿਕਾ ਅਸੂਲ ਦੋਨੋਂ, ਜਿਨ੍ਹਾਂ ਨੇ ਹੱਕ ਦਾ ਰਾਹ ਬਤਾਇਆ ਜੀ, ਕਦੋਂ ਲੰਘਾ ਸ਼ੈਤਾਨ ਮਲ ਊਣ ਜਾਣੋ, ਜਿਹਨੇ ਵਿੱਚ ਦੀਵਾਨ ਫੜਾਇਆ ਜੀ, ਇਹ ਮੱਝੀਆਂ ਵੱਧ ਅੰਬਲੀਆਂ ਤੇਰੀਆਂ ਨੇ, ਕੱਢ ਜੰਨ ਤੋਂ ਦੋਚਕੀ ਪਾਇਆ ਜੀ। ਇਹ ਤਾਂ ਉਹਨੇ ਸ਼ੁਰੂ 'ਚ ਲਿਖਤਾ, ਹੁਣ ਤੁਹਾਨੂੰ ਬਾਰੇ ਸ਼ਾਹ ਜੀ ਸੁਣਾ ਦੀ। ਹਾਂ ਸੁਣਾਓ, ਹਾਂ ਸੁਣਾਓ ਸੁਣਾਓ ਸੁਣਾਓ, ਹੋਰ ਨਹੀਂ ਯਾਦ ਹੈਗੀ। ਚਲੋ ਬਾਰੇ ਸ਼ਾਹ ਤਾਂ ਸੁਣਾਓ, ਕਹਿੰਦੇ ਨੇ ਬਾਰੇ ਸ਼ਾਹ ਤਾਂ ਸੁਣਾਓ, ਬਾਰੇ ਸ਼ਾਹ ਤਾਂ ਹੋਰ ਯਾਦ ਹੈ ਨਹੀਂ। ਅੱਛਾ ਸਲਾਮੁਅਲੈਕਮ ਜੀ। ਵਾਲੇਕੁਮ ਸਲਾਮ। ਕੀ ਹਾਲ ਚਾਲ ਬਜ਼ੁਰਗੋ? ਠੀਕ ਠਾਕ ਹੈ ਇਨਸ਼ਾਅੱਲਾ, ਤੁਹਾਡਾ ਕਰਮਾ ਮਾਲਕ ਦਾ। ਕੀ ਨਾਂ ਆਪਣਾ? ਗੁਲਜ਼ਾਰ ਅਹਿਮਦ। ਗੁਲਜ਼ਾਰ ਅਹਿਮਦ ਸਾਹਿਬ, ਤੁਹਾਡੇ ਅੱਬਾ ਜੀ ਦਾ ਕੀ ਨਾਂ? ਹਾਂ, ਤੁਹਾਡੇ ਅੱਬੇ ਦਾ ਨਾਂ ਕੀ ਹੈ? ਜਮਾਦਾਰ। ਜਮਾਦਾਰ। ਅਤੇ ਕੌਮ ਕਿਹੜੀ ਆਪਣੀ? ਜੱਟ। ਅਤੇ ਗੋਤ? ਗੋਤ ਸਿੱਧੂ। ਸਿੱਧੂ। ਅੱਛਾ, ਇਸ ਵਕਤ ਤੁਸੀਂ ਕਿਹੜੇ ਪਿੰਡ ਬੈਠੇ ਹੋ? ਇੱਥੇ। ਹਾਂਜੀ, ਨਵਾਂ ਚੱਕ ਰੱਖ ਕੇ ਕੋਹਨਾ। ਤਹਿਸੀਲ? ਤਹਿਸੀਲ ਸ਼ੋਰਕੋਟ ਸ਼ਹਿਰ। ਅਤੇ ਜ਼ਿਲ੍ਹਾ? ਜ਼ਿਲ੍ਹਾ ਝੰਗ। ਜ਼ਿਲ੍ਹਾ ਝੰਗ। ਅੱਛਾ, ਇਹ ਦੱਸੋ ਵੀ ਜਦੋਂ ਵੰਡ ਪਈ ਸੀ, ਪਾਕਿਸਤਾਨ ਬਣਿਆ ਸੀਗਾ 1947 ਦੇ ਵਿੱਚ, ਤੁਹਾਡੀ ਉਮਰ ਕਿੰਨੀ ਕੁ ਸੀਗੀ? ਤਕਰੀਬਨ 8 ਸਾਲ ਹੋਣੀ ਹੈ, 8 ਜਾਂ 9 ਹੋਣੀ ਹੈ, ਪੱਕੀ ਤਾਂ ਮੇਰੇ ਯਾਦ ਨਹੀਂ। ਠੀਕ ਆ, ਲੇਕਿਨ ਇਹ ਤੁਹਾਨੂੰ ਚੰਗੀ ਤਰ੍ਹਾਂ ਯਾਦ ਆ, ਹੋਸ਼ ਆ ਕਿ ਜਦੋਂ ਤੁਸੀਂ ਆਪਣੇ ਦੇਸ਼ਾਂ 'ਚੋਂ ਉੱਜੜ ਕੇ ਪਾਕਿਸਤਾਨ ਨੂੰ ਆਏ ਸੀਗੇ, ਉਹ ਤੁਹਾਨੂੰ ਚੰਗੀ ਤਰ੍ਹਾਂ ਹੋਸ਼ ਆ? ਹਾਂ, ਹੋਸ਼ ਹੈਗੀ। ਅੱਛਾ, ਇਹ ਦੱਸਿਓ ਵੀ ਉੱਥੇ ਪਿੱਛੇ ਹਿੰਦੁਸਤਾਨ 'ਚ ਆਪਣਾ ਪਿੰਡ ਕਿਹੜਾ ਸੀਗਾ? ਪਿੰਡ ਹਿੰਮਤਗੜ੍ਹ ਛੰਨਾ। ਹਿੰਮਤਗੜ੍ਹ ਛੰਨਾ, ਅੱਲਾਹ ਤੁਹਾਡਾ ਭਲਾ ਕਰੇ। ਅੱਛਾ, ਇਹ ਦੱਸੋ ਵੀ ਹਿੰਮਤਗੜ੍ਹ ਛੰਨਾ ਦੇ ਆਂਢ ਗੁਆਂਢ ਕੋਈ 2-4 ਪਿੰਡਾਂ ਦੇ ਨਾਂ ਦੱਸੋ ਤਾਂ। ਹਾਂ, ਸ਼ੇਰਗੜ੍ਹ, ਕੰਜਾਰੀ, ਹਿੰਦੂਆਂ ਦੇ ਪਿੰਡ ਸੀਗਾ, ਟਿੱਬੀ। ਅੱਛਾ, ਰੁੜਕੀ। ਹਾਂ, ਇਹ ਹਿੰਦੂਆਂ ਦੇ ਪਿੰਡ ਸੀ, ਛੰਨਾ ਸ਼ੇਰਗੜ੍ਹ ਸੀਗੇ, ਇਹ ਇੱਕ ਮਿਸ਼ਰਿਆ। ਹਾਂ ਹਾਂ, ਇਹ ਸੀਗੇ ਸਾਰੇ ਮੁਸਲਮਾਨਾਂ ਦੇ ਪਿੰਡ। ਅੱਛਾ, ਹਾਂ, ਅਤੇ ਇਹ ਜਿਹੜਾ ਹਿੰਮਤਗੜ੍ਹ ਛੰਨਾ ਸੀਗਾ ਪਿੰਡ, ਇਹ ਵੀ ਮੁਸਲਮਾਨਾਂ ਦਾ ਸੀ? ਹਾਂ ਹਾਂ, ਮੁਸਲਮਾਨਾਂ ਦਾ ਸਾਰਾ ਸਾਰੇ। ਹਾਂ, ਉਹਨਾਂ ਵਿੱਚ ਇੱਕ ਅੱਧਾ ਕੋਈ ਚਮਾਰਾਂ ਦਾ ਘਰ ਹੋਊਗਾ, ਜੁੱਤੇ ਕੱਟਣ ਵਾਲਾ, ਬਸ ਹੋਰ ਕੋਈ ਨਹੀਂ। ਅੱਛਾ, ਇਹ ਚਮਾਰ ਤੁਹਾਡੇ ਉੱਥੇ ਜੁੱਤੀਆਂ ਕੱਟਦੇ ਹੁੰਦੇ ਸੀਗੇ? ਹਾਂ, ਚਮਿਆਰ ਇੱਕ ਚਮਿਆਰਾਂ ਦਾ ਘਰ ਹੁੰਦਾ ਸੀ, ਉਹ ਜੁੱਤੀਆਂ ਕੱਟਦਾ ਹੁੰਦਾ ਸੀ। ਅੱਛਾ, ਕੋਈ ਨਾਂ ਯਾਦ ਪੈਂਦਾ ਉਸ ਚਮਿਆਰ ਦਾ? ਨਾਂ ਤਾਂ ਮੇਰੇ ਯਾਦ ਨਹੀਂ ਉਹਦਾ। ਹਾਂ ਹਾਂ, ਪਹਿਲਾਂ ਆਪਣੇ ਜੁੱਤੀਆਂ ਕੱਢਦਾ ਹੁੰਦਾ ਸੀ, ਇੱਕ ਚਮਿਆਰ, ਉਹਦਾ ਨਾਂ ਕੀ ਸੀ? ਮੈਨੂੰ ਤਾਂ ਕਹਿੰਦੇ ਬੋਲਦੀ ਨਾ, ਉਹਦਾ ਨਾਂ ਰੱਬੀ ਦਾ। ਰੱਬੀ, ਰੱਬੀ। ਅੱਛਾ, ਰੱਬੀ ਪਿੰਡ ਵਿੱਚ। ਅੱਛਾ, ਇਹ ਤੁਸੀਂ ਦੱਸਿਆ ਵੀ ਉਹਦਾ ਨਾਂ ਰੱਬੀ ਸੀਗਾ, ਚਮਿਆਰ, ਜਿਹੜਾ ਜੁੱਤੀਆਂ ਕੱਢਦਾ ਸੀਗਾ। ਚਮਿਆਰ, ਹਾਂਜੀ, ਮਰਿਆ ਡੰਗਰ ਵੀ ਚੱਕਦੇ ਸੀ। ਤੂੰ ਨਾ ਬੋਲ। ਅੱਛਾ, ਇਹ ਦੱਸੋ ਵੀ ਜਿਹੜਾ ਹਿੰਮਤਗੜ੍ਹ ਛੰਨਾ ਵਾ, ਇਹ ਕਿੰਨੇ ਕੁ ਮਤਲਬ ਘਰਾਂ ਦਾ ਪਿੰਡ ਹੋਣਾ ਉਸ ਵੇਲੇ? ਇਹ ਕਾਫੀ ਪਿੰਡ ਸੀ, ਚੰਗਾ ਪਿੰਡ ਸੀ, ਜਿਵੇਂ ਆਹ ਪਿੰਡ ਆ ਸਾਡਾ। ਅੱਛਾ, ਇਦੋਂ ਵੀ ਕੋਈ ਜ਼ਿਆਦਾ ਹੀ ਹੋਣਾ, ਘੱਟ ਨਹੀਂ ਸੀ। ਅਤੇ ਪਿੰਡ ਵਿੱਚ ਮਸਜਿਦ ਸੀਗੀ? ਹਾਂ। ਚੰਗੀ ਬੜੀ ਸੀਗੀ? ਚੰਗੀ ਵੱਡੀ ਮਸਜਿਦ ਸੀ। ਪੱਕੀ ਸੀਗੀ? ਪੱਕੀ। ਗੁੰਬਦ ਵਾਲੀ ਜਾਂ ਬਗੈਰ ਗੁੰਬਦ ਤੋਂ? ਨਹੀਂ, ਗੁੰਬਦ ਤਾਂ ਸੀਗਾ। ਅੱਛਾ, ਅਤੇ ਉੱਥੇ ਪਾਣੀ ਪੂਣੀ ਪੀਣ ਦਾ ਕੀ ਬੰਦੋਬਸਤ ਸੀਗਾ ਤੁਹਾਡੇ ਪਿੰਡ ਦੇ ਵਿੱਚ? ਸਾਡੇ ਪਿੰਡ 'ਚ ਪਾਣੀ ਸਾਡੇ ਖੂਹ ਹੁੰਦੇ ਸੀ ਜ਼ਿਆਦਾ। ਅੱਛਾ,
ਨਹਿਰ ਦਾ ਪਾਣੀ ਕੋਈ ਨਹੀਂ ਸੀ, ਖੂਹ ਸੀਗੇ ਤੇ ਉੱਥੇ ਪਾਣੀ ਗਰਮ ਵੀ ਕਰਦੇ ਸੀ, ਬਣਾਇਆ ਸੀ ਉਹ ਪਾਣੀ ਗਰਮ ਕਰਨ ਵਾਸਤੇ ਹੇਠਾਂ ਲੱਕੜਾਂ ਲਾਉਂਦੇ ਸੀ ਰਾਤ ਨੂੰ, ਉਹ ਮਸਜਿਦ ਵਾਸਤੇ ਪਾਣੀ ਗਰਮ ਕਰਦੇ ਸੀ ਵਧੂ ਕਰਨ ਵਾਸਤੇ, ਅੱਛਾ ਉਹ ਹੈਗਾ ਸੀ ਹਮਾਮ ਬਣਿਆ ਹੋਇਆ ਸੀ ਨਾ ਗਰਮ, ਹਾਂ ਗਰਮ ਹਮਾਮ ਬਣਿਆ ਸੀ। ਅੱਛਾ ਤੇ ਆਪਣਾ ਘਰ ਮਸਜਿਦ ਤੋਂ ਕਿਹੜੇ ਪਾਸੇ ਬਣਦਾ ਸੀਗਾ? ਸਾਡਾ ਘਰ ਮਸਜਿਦ ਤੋਂ ਕੁਤਬਾਲੀ ਸਾਈਡ 'ਤੇ ਸੀਗਾ। ਅੱਛਾ ਗਲੀ ਜਾਂਦੀ ਸੀਗੀ? ਹਾਂ ਰਸਤਾ ਨਾਲ ਹੀ ਸਾਡੇ ਜਾਂਦਾ ਸੀ ਦੂਸਰੇ ਪਿੰਡ ਨੂੰ, ਉਹਦੇ ਨਾਲ ਸਾਡਾ ਮਕਾਨ ਸੀ। ਅੱਛਾ ਦੂਸਰਾ ਕਿਹੜੇ ਪਿੰਡ ਨੂੰ ਰਸਤਾ ਜਾਂਦਾ? ਉਹ ਜਿਹੜਾ ਸੀਗਾ ਮਛਰਿਆ ਪਿੰਡ, ਉੱਥੇ ਜਾਂਦਾ ਸੀ। ਅੱਛਾ ਉਹ ਰਸਤਾ ਜਿਹੜਾ ਜਾਂਦਾ ਸੀਗਾ ਉਹ ਕੱਚਾ ਸੀਗਾ ਪੱਕਾ? ਕੱਚਾ ਕੱਚਾ। ਚੰਗਾ ਖੁੱਲ੍ਹਾ ਰਸਤਾ ਸੀਗਾ? ਖੁੱਲ੍ਹਾ ਖੁੱਲ੍ਹਾ। ਅੱਛਾ ਜਿਹੜਾ ਆਪਣਾ ਘਰ ਸੀਗਾ ਉੱਥੇ ਬਣਿਆ ਉਹ ਕੱਚਾ ਸੀ ਜਾਂ ਪੱਕਾ? ਕੱਚਾ। ਕਿੰਨੇ ਕੁ ਕਮਰੇ ਹੋਣੇ? ਮੇਰਾ ਖਿਆਲ ਵੀ ਦੋ ਤਿੰਨ ਕਮਰੇ ਸੀਗੇ ਦੋ ਕੁ। ਅੱਛਾ ਫਿਰ ਮੈਸਾਂ ਮੂਸਾਂ ਵੀ ਰੱਖਦੇ ਹੋਣਗੇ? ਮੱਝਾਂ? ਹਾਂ ਮੱਝਾਂ ਗਾਇਆਂ ਉਹ ਵੀ ਰੱਖਦੇ ਸੀ। ਕਿੰਨੀਆਂ ਖੋਣੀਆਂ? ਪਤਾ ਨਹੀਂ ਤਿੰਨ ਚਾਰ ਤਾਂ ਹੋਣਗੀਆਂ ਉਸ ਵੇਲੇ, ਹੁਣ ਇੰਨੀ ਤਾਂ ਮੈਨੂੰ ਹੋਸ਼ ਨਹੀਂ ਨਾ ਵੀ। ਅੱਛਾ ਪਿੰਡ ਵਿੱਚ ਜਿਵੇਂ ਮੱਝਾਂ ਨੇ ਤਲਾਅ ਤਲੂ ਬਣਿਆ ਉਹਨਾਂ ਨੂੰ ਨਹਾਉਣ ਲਈ, ਇਹੋ ਜਿਹੀ ਵੀ ਕੋਈ ਸੀਗਾ? ਹਾਂ ਮੱਝਾਂ ਨੂੰ ਨਹਾਉਣ ਲਈ ਤਲਾਬ? ਹਾਂ ਤਲਾਬ ਬੜਾ ਸਾਰਾ ਸੀਗਾ, ਸਾਰੇ ਪਿੰਡ ਦੀਆਂ ਮੱਝਾਂ ਉੱਥੇ ਨਹਾਉਂਦੀਆਂ ਸੀ। ਅੱਛਾ ਸਾਰੇ ਪਿੰਡ ਦੀਆਂ ਬਾਹਰੋਂ ਚੌਕੇ ਵੀ ਆਉਂਦੇ ਸੀ ਤਾਂ ਵੀ ਉਹਦੇ 'ਚ ਨਹਾਉਂਦੇ ਸੀ ਲਿਆ ਕੇ, ਪਾਣੀ ਵੀ ਉੱਥੇ ਪੀਂਦੇ ਸੀ। ਅੱਛਾ ਮਾਲ ਵਾਸਤੇ ਗਾਇਆਂ ਵਾਸਤੇ ਇੱਕ ਪੱਕੀ ਖੇਲ ਬਣੀ ਹੋਈ ਸੀ, ਇੱਦਾਂ ਕੋਲ ਹਲਟੀ ਲੱਗੀ ਹੋਈ ਸੀ, ਉਹ ਉਹਨੂੰ ਬਾਉਲ ਚੱਲਦਾ ਸੀ ਜਾਂ ਠੰਡਾ ਜੋੜ ਲੈਣਾ। ਅੱਛਾ ਉਹ ਖੇਲ 'ਚ ਪਾਣੀ ਪਾਉਣਾ, ਉਹਨੂੰ ਖੇਲ ਕਹਿੰਦੇ ਸੀ, ਅਤੇ ਉਹ 'ਚ ਗਾਈਆਂ ਜਾ ਕੇ ਪਾਣੀ ਪੀਣਾ, ਮੱਝਾਂ ਤਲਾਅ ਛੱਡ ਦੇਣੀਆਂ। ਠੀਕ ਆ। ਅੱਛਾ ਇਹ ਦੱਸੋ ਵੀ ਤੁਹਾਡੇ ਪਿੰਡ ਸਕੂਲ ਸੀਗਾ? ਸਕੂਲ? ਸਕੂਲ ਪਿੰਡ 'ਚ? ਹਾਂ ਪਿੰਡ 'ਚ ਤਾਂ ਕੋਈ ਸਕੂਲ ਨਹੀਂ ਸੀ। ਹੋਰ ਕਿੱਥੇ ਕਰਕੇ ਸੀਗਾ ਸਕੂਲ ਮੁੰਡਿਆਂ ਦਾ? ਸਕੂਲ ਦਾ ਵੀ ਨਹੀਂ ਰੱਖਦੇ ਨਹੀਂ ਵੀ ਕਿੱਥੇ ਜਾਂਦੇ ਸੀ ਪੜ੍ਹਨ। ਲਾਡਪੁਰ ਕਹਿੰਦੇ ਆ ਸਕੂਲ ਸੀਗਾ, ਹੁਣ ਸ਼ਾਇਦ ਲਾਡਪੁਰ ਵੀ ਪਿੰਡ ਸੀਗਾ ਮੁਸਲਮਾਨਾਂ ਦੇ, ਉਹ ਵੀ ਨੇੜੇ ਸੀ ਕੁਛ। ਅੱਛਾ ਹਾਂ ਤੇ ਜਰਗ ਸੁਣਿਆ ਤੁਸੀਂ? ਹਾਂ ਜਰਗ ਸੁਣਿਆ ਜਾਂ ਦੇਖਿਆ ਨਹੀਂ ਜਾ ਕੇ। ਬੀਪੁਰ? ਬੀਪੁਰ ਉਹ ਵੀ ਨਹੀਂ ਦੇਖਿਆ। ਅੱਛਾ ਫਿਰ ਇਹ ਦੱਸੋ ਤੁਸੀਂ ਛੋਟੇ ਹੁੰਦੇ ਖੇਡਾਂ ਕਿਹੜੀ ਖੇਡਦੇ ਹੁੰਦੇ ਸੀਗੇ? ਤੁਸੀਂ ਦੱਸਦੇ ਪਏ ਸੀ ਵੀ ਤੁਸੀਂ ਛੋਟੇ ਹੁੰਦੇ ਖੇਡਾਂ ਕਿਹੜੀ ਖੇਡਦੇ ਹੁੰਦੇ ਸੀਗੇ? ਖੇਡ ਬਸ ਆ ਬੱਚਿਆਂ ਵਾਲੀ, ਉਹ ਕਿਤੇ ਮਸਾਲੇ ਘੁੱਟੀਆਂ ਪੱਟ ਲੈਣੀਆਂ, ਪੈਸਿਆਂ ਨਾਲ ਖੇਡਣਾ, ਖਰੋਟਾਂ ਨਾਲ ਖੇਡਣਾ, ਬਸ ਇਹ ਖੇਡਾਂ ਹੁੰਦੀਆਂ ਸੀ ਬੱਚਿਆਂ ਦੀਆਂ, ਹੋਰ ਕੀ। ਠੀਕ ਆ। ਉੱਥੇ ਛੋਟੇ ਹੁੰਦੇ ਯਾਰ ਬੇਲੀ ਜਿਹੜੇ ਤੁਹਾਡੇ ਨਾਲ ਇਹ ਖੇਡਦੇ ਹੁੰਦੇ ਸੀਗੇ, ਕੋਈ ਨਾਂ ਯਾਦ ਪੈਂਦੇ ਆ ਵੀ ਕੌਣ ਕੌਣ ਸੀਗੇ? ਕਈ ਨਾਂ ਯਾਦ ਹੈਗੇ ਨੇ, ਕਈ ਭੁੱਲ ਗਏ। ਜਿਹੜੇ ਯਾਦ ਆ ਉਹ ਦੱਸੋ ਤਾਂ। ਅਬਦੁੱਲਾ ਹੁੰਦਾ ਸੀ ਇੱਕ। ਅੱਛਾ ਇੱਕ ਈਸਾ ਹੁੰਦਾ ਸੀ, ਉਹ ਤਾਂ ਹੁਣ ਵੀ ਹੈਗਾ, ਅਬਦੁੱਲਾ ਫੌਤ ਹੋ ਗਿਆ। ਅੱਛਾ ਤੇ ਹੋਰ ਸ਼ਰਫਦੀਨ, ਕਾਇਮਦੀਨ, ਹਾਂ ਤੇ ਮੀਰਦੀਨ। ਅੱਛਾ ਇਹਦੇ ਤਾਂ ਕਈ ਨਾਂ ਯਾਦ ਵੀ ਨਹੀਂ। ਤੇ ਇਹ ਜਿਹੜਾ ਈਸਾ, ਈਸਾ ਦਾ ਤੁਸੀਂ ਉਹਨੂੰ ਨਾਂ ਲਿਆ ਵਾ, ਹਾਂ ਇਹ ਕਿੱਥੇ ਰਹਿੰਦਾ ਵਾ? ਇਹ ਚਿੜੀਆਂ ਦੇ ਚੱਕ 'ਚ। ਅੱਛਾ ਤੁਹਾਡੇ ਨਾਲ ਬੜਾ ਸੀ ਛੋਟਾ ਸੀਗਾ? ਨਹੀਂ ਸਾਡੇ ਨਾਲ ਕੋਈ ਛੋਟਾ ਸੀ, ਥੋੜ੍ਹਾ ਛੋਟਾ ਸੀਗਾ। ਅਬਦੁੱਲਾ ਉਹਦਾ ਭਾਈ ਸੀ, ਉਹ ਬੜਾ ਸੀ, ਸਾਡੇ ਨਾਲ ਉਹ ਬੜਾ ਸੀ। ਅੱਛਾ ਫਿਰ ਇਹ ਦੱਸੋ ਬਈ ਤੁਹਾਡੇ ਅੰਮੀ ਦਾ ਕੀ ਨਾਂ ਸੀ? ਅੰਮੀ ਦਾ? ਹਾਂ ਹਾਂ ਜੰਤ। ਅੱਛਾ ਅਤੇ ਤੁਸੀਂ ਜਦੋਂ ਉਜਾੜੇ ਪਏ ਸੀ ਉਸ ਵਿੱਚ ਕਿੰਨੇ ਭੈਣ ਭਾਈ ਸੀਗੇ? ਅਸੀਂ ਭੈਣ ਭਾਈ ਸੀਗੇ, ਭੈਣਾਂ ਸੀਗੀਆਂ ਚਾਰ। ਅੱਛਾ ਭਰਾ ਸੀਗੇ ਤਿੰਨ। ਹਾਂ ਹਾਂ ਤੁਹਾਡੇ ਸਮੈਤ? ਹਾਂ ਤੇ ਭਰਾ ਤਾਂ ਉੱਥੋਂ ਬੜੇ ਕਿੰਨੇ ਸੀਗੇ? ਬੜੇ ਭਾਈ? ਇੱਕ ਭਰਾ ਬੜਾ ਸੀ, ਉਹਦਾ ਕੀ ਨਾਂ? ਉਹਦਾ ਨਾਂ ਚੰਦਨਦੀਨ। ਅੱਛਾ ਅਤੇ ਉਸ ਤੋਂ ਬਾਅਦ ਫਿਰ ਭੈਣਾਂ? ਭੈਣਾਂ। ਅੱਛਾ ਅਤੇ ਇਹ ਭੈਣਾਂ 'ਚ ਕੋਈ ਵਿਆਹੀ ਵੀ ਸੀਗੀ? ਭੈਣਾਂ ਦੋ ਵਿਆਹੀਆਂ ਹੋਈਆਂ ਸੀ ਹਿੰਦੁਸਤਾਨ 'ਚ। ਅੱਛਾ ਉਹ ਕਿੱਥੇ ਵਿਆਹੀਆਂ ਸੀਗੀਆਂ, ਕਿਹੜੇ ਪਿੰਡ ਵਿਆਹੀਆਂ ਸੀ? ਉੱਥੇ ਇੱਕ ਪਿੰਡ ਸੀਗਾ ਚੱਕ। ਅੱਛਾ ਚੱਕ? ਹਾਂ ਉਹਦਾ ਨਾਂ ਹੀ ਚੱਕ ਸੀ, ਹੈਗਾ ਚੱਕ, ਹਾਂ ਮੈਂ ਜਾਣਨਾ। ਅਤੇ ਇੱਕ ਵਿਆਹੀ ਸੀ ਜੰਗਲ ਦੇ ਇਲਾਕੇ 'ਚ, ਨਵਾਂ ਪਿੰਡ ਸੀ ਉਹ, ਉਹਨੂੰ ਨਵਾਂ ਪਿੰਡ ਕਹਿੰਦੇ ਸੀ, ਸੁਲਤਾਨ ਖਾਨ ਵਾਲਾ, ਉੱਥੇ ਵਿਆਹੀ ਸੀ। ਭਰਾ ਬੜੇ ਦੀ ਸ਼ਾਦੀ ਤਾਂ ਇੱਧਰ ਆ ਕੇ ਹੋਈ ਹੈ। ਅੱਛਾ ਅਤੇ ਤੁਹਾਡੇ ਅੰਮੀ ਤਬੀਅਤ ਦੀ ਕਿੱਦਾਂ ਦੀ ਸੀਗੀ? ਤੁਹਾਡੀ ਮਾਂ ਦੀ ਤਬੀਅਤ ਕਿੱਦਾਂ ਦੀ ਸੀਗੀ, ਸਖ਼ਤ ਸੀਗੀ ਜਾਂ ਨਰਮ ਮਿਜ਼ਾਜ ਸੀਗੀ? ਤਬੀਅਤ ਤਾਂ ਠੀਕ ਸੀ ਉਹਨਾਂ ਦੀ। ਅੱਛਾ ਹਾਂ ਤੁਸੀਂ ਆਪਣੇ ਦਾਦਾ ਦਾਦੀ ਦੇਖੇ?
ਦਾਦੀ ਦੇਖੀ ਹੈ। ਅੱਛਾ ਦੇਖੀ ਦੇਖੀ ਹੈ, ਬਾਕੀ ਯਾਦ ਉਹ ਨਹੀਂ ਉਹਨਾਂ ਦੀ ਕੋਈ ਗੱਲ। ਦੇਖੀ ਹੈਗੀ, ਦਾਦਾ ਨਹੀਂ ਦੇਖਿਆ। ਅੱਛਾ ਦਾਦੀ ਦੇਖੀ ਹੈ। ਤੇ ਆਪਣੇ ਚਾਚੇ ਤਾਏ ਵੀ ਸੀ? ਹਾਂ ਚਾਚੇ ਤਾਏ ਤਾਂ ਹੁੰਦੇ ਹੀ ਨੇ। ਕਿੰਨੇ ਸੀਗੇ ਚਾਚੇ? ਸਕੇ ਸੀਗੇ ਦੋ। ਅੱਛਾ ਇੱਕ ਤਾਂ ਦਿਨ ਮੰਮਾ ਸੀ, ਇੱਕ ਤਾਂ ਸ਼ੇਰ ਮੰਮਾ ਦਾ। ਅੱਛਾ ਇਹ ਫਿਰ ਤਾਏ ਕਿਉਂਕਿ ਪਿਓ ਤੋਂ ਵੱਡੇ ਹੁੰਦੇ ਆ, ਅਤੇ ਚਾਚੇ ਅਸੀਂ ਜਿਹੜੇ ਪਿਓ ਤੋਂ ਛੋਟੇ ਹੁੰਦੇ ਆ ਉਹਨੂੰ ਅਸੀਂ ਚਾਚੇ ਕਹਿੰਦੇ ਹਾਂ। ਮੈਂ ਸਮਝਦਾ। ਇਹ ਇਹ ਵੀ ਵਿਆਹੇ ਸੀਗੇ ਚਾਚੇ ਤੁਹਾਡੇ? ਵਿਆਹੇ ਹੋਏ ਸੀ। ਤੇ ਤੁਹਾਡੇ ਨਾਲ ਉੱਥੇ ਇਕੱਠੇ ਰਹਿੰਦੇ ਸੀਗੇ ਜਾਂ ਇਹਨਾਂ ਦੇ ਘਰ ਵੇਖਲੇ ਸੀ? ਵੱਖਰੇ ਸੀ, ਸਾਡੇ ਵੱਖਰਾ, ਸਾਡਾ ਵੱਖਰਾ ਸੀ। ਅੱਛਾ ਠੀਕ ਠੀਕ। ਤੇ ਕੀ ਮਤਲਬ ਰੁਜ਼ਗਾਰ ਕੀ ਸੀਗੇ ਇਹਨਾਂ ਦਾ, ਕੰਮ ਕੀ ਕਰਦੇ ਸੀਗੇ? ਬਾਈ ਦਾ ਕੰਮ ਕਰਦੇ ਸੀ ਜਾਂ ਡੰਗਰ ਰੱਖਦੇ ਸੀ। ਚਾਚਾ ਮੇਰਾ ਇੱਕ ਸੀਗਾ ਫੌਜ 'ਚ। ਅੱਛਾ ਹਾਂ ਠੀਕ। ਉਹਦਾ ਕੀ ਨਾਂ ਸੀ ਜਿਹੜਾ ਫੌਜ ਸੀਗਾ? ਸ਼ੇਰ ਮੰਮਾ ਦਾ। ਅੱਛਾ ਠੀਕ। ਉਹ ਉਸ ਵੇਲੇ ਫਿਰ ਜਦੋਂ ਇਹ ਉਜਾੜੇ ਪਏ ਸੀ ਕਿ ਘਰ ਆਇਆ ਸੀਗਾ ਤੁਹਾਡਾ ਚਾਚਾ ਸ਼ੇਰ ਮੰਮਾ ਘਰ ਸੀਗਾ? ਕੌਣ ਚਾਚਾ ਤੁਹਾਡਾ ਸ਼ੇਰ ਮੰਮਾ? ਹਾਂ ਹਾਂ ਘਰੇ ਸੀ। ਅੱਛਾ ਅੱਛਾ ਘਰੇ ਸੀ। ਅੱਛਾ ਹੁਣ ਆਪਾਂ ਉਸ ਸਾਈਡ 'ਤੇ ਹੁੰਦੇ ਹਾਂ। ਜਦੋਂ ਫਿਰ ਉਜਾੜੇ ਪਏ ਸੀਗੇ ਤੁਹਾਨੂੰ ਪਿੰਡ ਛੱਡਣਾ ਪਿਆ, ਉਸ ਵਕਤ ਦੀ ਜ਼ਰਾ ਸਾਨੂੰ ਗੱਲਬਾਤ ਸੁਣਾਓ ਕੰਬਲਾ। ਉਸ ਵਕਤ ਕੀ ਤੁਹਾਨੂੰ ਯਾਦ ਪੈਂਦਾ ਵੀ ਕੀ ਕੁਝ ਹੋਇਆ ਸੀਗਾ? ਥੋੜ੍ਹਾ ਜਿਹਾ ਟਾਈਮ ਦਿਓ। ਅੱਛਾ ਦੱਸੋ ਫਿਰ ਜਦੋਂ ਉਜਾੜੇ ਪਏ ਫਿਰ ਤੁਹਾਨੂੰ ਕੀ ਯਾਦ ਪੈਂਦਾ ਉਸ ਵੇਲੇ ਦਾ? ਕੀ ਯਾਦ ਆਇਆ? ਹਾਂ ਨਹੀਂ ਵੀ ਉਸ ਵੇਲੇ ਕਿੱਦਾਂ ਕੀ ਹਾਲਾਤ ਸੀਗੇ ਜਦੋਂ ਤੁਹਾਨੂੰ ਪਿੰਡ ਛੱਡਣਾ ਪਿਆ? ਹਾਲਾਤ ਇਹ ਸੀ, ਫਸਲਾਂ ਖੜੀਆਂ ਸੀ ਚੰਗੀ ਭਲੀਆਂ, ਮੂੰਗਫਲੀਆਂ ਖੜੀਆਂ ਸੀ, ਛੱਡ ਕੇ ਲੋਕ ਆ ਗਏ। ਹਾਂ ਨਹੀਂ ਤੁਹਾਡੇ ਪਿੰਡ 'ਤੇ ਕੋਈ ਹਮਲਾ ਹੋਇਆ ਸੀਗਾ? ਹਮਲਾ ਤਾਂ ਹੋਇਆ ਸੀ। ਅੱਛਾ ਕੌਣ ਸੀ ਲੋਕ? ਮਤਲਬ ਇਹ ਦੇਖੋ ਸਾਡੇ ਪਿੰਡ 'ਚ ਹਮਲਾ ਹੋਇਆ ਨਹੀਂ ਸੀ। ਹਾਂ ਹਾਂ ਦੂਸਰੇ ਪਿੰਡਾਂ 'ਚ ਹੋਇਆ ਸੀ। ਕਿਹੜਾ ਪਿੰਡ ਤੁਸੀਂ ਸੁਣਿਆ ਸੀ ਜਿੱਥੇ ਹਮਲਾ ਹੋਇਆ ਵੇ? ਉਹ ਤਾਂ ਹੁਣ ਮੇਰੇ ਯਾਦ ਨਹੀਂ ਕਿਹੜੇ ਕਿਹੜੇ ਪਿੰਡਾਂ 'ਚ, ਪਰ ਉਹ ਪਿੰਡ ਦੇ ਲੋਕ ਨਾ ਉੱਜੜ ਕੇ ਸਾਡੇ ਪਿੰਡ 'ਚ ਆ ਗਏ ਸੀ। ਅੱਛਾ ਠੀਕ ਆ ਜੀ। ਸਾਡੇ ਪਿੰਡ 'ਚ ਆ ਕੇ ਨਾ, ਸਾਡੇ ਪਿੰਡ 'ਚ ਉਦੋਂ ਹਮਲਾ ਕੋਈ ਨਹੀਂ ਸੀ ਹੋਇਆ। ਠੀਕ ਆ। ਉਹ ਰਹਿਣ ਲੱਗ ਗਏ ਉੱਥੇ ਆ ਕੇ। ਹਾਂ ਹਾਂ ਅਤੇ ਐਵੇਂ ਮੇਰੇ ਖਿਆਲ ਸ਼ਾਇਦ ਇੱਕ ਰਾਤ ਰਹੇ ਹੋਣਗੇ ਜਾਂ ਅੱਠ ਪੈ ਰਹੇ ਹੋਣਗੇ। ਠੀਕ ਆ। ਉਹ ਤੋਂ ਬਾਅਦ ਬਸ ਉੱਠ ਗਏ ਸਾਰੇ ਫਿਰ ਵਾਲੇ ਕੋਈ, ਉਹ ਵੀ ਅਤੇ ਅਸੀਂ ਵੀ। ਅੱਛਾ ਹਾਂ। ਸਮਾਨ ਗੱਡਿਆ ਗੁੱਡਿਆਂ 'ਤੇ ਲੱਦ ਲਿਆ। ਅੱਛਾ ਸਾਰਿਆਂ ਨੇ। ਹਾਂ ਹਾਂ ਫਿਰ ਉਹ ਰਿਆਸਤ ਸੀਗੀ ਕੋਟਲਾ। ਅੱਛਾ ਉਹਦਾ ਤਾਂ ਪਿਛਲੀ ਹਕੂਮਤ ਦਾ, ਅੰਗਰੇਜ਼ੀ ਹਕੂਮਤ ਦਾ ਲੈ ਲਓ ਸਾਂਝਾ ਸੀ ਉਹ ਨਹਿਰ। ਅੱਛਾ ਪੁਲ ਸੀਗਾ ਮਹਾਰਾਜੇ ਦਾ ਪੁਲ ਉਹਨੂੰ ਕਹਿੰਦੇ ਸੀ। ਠੀਕ ਆ। ਉਸ ਪੁਲ 'ਤੇ ਆ ਗਏ, ਉੱਥੇ ਆ ਕੇ ਫਿਰ ਸਮਾਨ ਸਮੂਨ ਵੀ ਖੋਹਿਆ ਗਾ ਸਾਰਾ, ਬੰਦੇ ਵੀ ਉਹਨੇ ਨੇ ਮਾਰੇ ਮੂਰੇ ਸਾਰੇ। ਅੱਛਾ ਹਾਂ ਉੱਥੇ ਫਿਰ ਗੋਲੀ ਗੋਲੀ ਆਮ ਚੱਲੀ, ਫਿਰ ਲੋਕ ਨਹਿਰ ਦੇ ਵਿੱਚ ਕਈ ਟੱਪ ਕੇ ਲੰਘੇ। ਅੱਛਾ ਕੋਈ ਲੱਕੜ ਪੁਲ ਵੀ ਉਹਨਾਂ ਨੇ ਬੰਦ ਕੀਤਾ ਸੀ ਲੱਕੜਾਂ ਨਾਲ। ਅੱਛਾ ਲੱਕੜਾਂ ਸਿੱਟ ਸਿੱਟ ਕੇ ਟਾਲੀਆਂ ਵੱਢ ਕੇ, ਅਤੇ ਉਹ ਫਿਰ ਲੱਕੜਾਂ ਲੁੱਕੜਾਂ ਵੀ ਲੋਕਾਂ ਦੇ ਵਿੱਚੋਂ ਚੱਕੀਆਂ ਦਿੱਲੀ ਦੇ ਨਾਲ ਵਸਾਲਿਆ, ਉਹ ਚੱਕ ਚੁੱਕ ਕੇ ਫਿਰ ਆਹ ਕੁਛ ਵਿਹਲਾ ਕੀਤਾ, ਫਿਰ ਲੰਘੇ ਆਏ। ਅੱਛਾ ਫਿਰ ਉੱਥੇ ਮਨੇਰ ਕੋਟਲੇ ਰਿਆਸਤ ਦੇ ਵਿੱਚ ਫਿਰ ਰਹੇ, ਕੈਂਪ ਲੱਗਿਆ ਉੱਥੇ, ਉੱਥੇ ਫਿਰ ਕਾਫੀ ਅਰਸਾ ਰਹੇ। ਅੱਛਾ ਰਾਸ਼ਨ ਰੂਸ਼ਨ ਵੀ ਉਹੀ ਦਿੰਦਾ ਰਿਹਾ ਕੋਟਲੇ ਵਾਲਾ, ਉਹ ਮੁਸਲਮਾਨ ਸੀ ਨਾ, ਰਿਆਸਤ ਮੁਸਲਮਾਨ ਦੀ ਸੀ ਉਹ। ਹਾਂਜੀ ਉਹਨਾਂ ਨੂੰ ਕਿਹਾ ਸੀ ਕੁਛ ਨਹੀਂ ਕਿਸੇ ਨੇ ਸਿੱਖਾਂ ਨੇ, ਉਹ ਤਾਂ ਸਾਰੇ ਲੋਕ ਉੱਥੇ ਹੀ ਬੈਠੇ ਨੇ ਹੁਣ ਵੀ, ਜਦ ਵੀ ਬੈਠੇ ਸੀ। ਠੀਕ ਆ। ਬਸ ਉੱਥੋਂ ਉੱਠ ਕੇ ਫਿਰ ਇੱਧਰ ਨੂੰ ਆ ਗਏ। ਅਤੇ ਜਦੋਂ ਤੁਸੀਂ ਮਾਹੋਰਾਣਾ ਪੁਲ 'ਤੇ ਪਹੁੰਚੇ ਸੀਗੇ, ਕੋਈ ਟਾਈਮ ਯਾਦ ਪੈਂਦਾ ਵੀ ਕਿੰਨਾ ਕੁ ਵਕਤ ਸੀਗਾ ਜਦੋਂ ਤੁਸੀਂ ਉੱਥੇ ਪਹੁੰਚੇ, ਕਿਹੜਾ ਵੇਲਾ ਸੀਗਾ? ਸੁਬਹਾ ਵੀ ਨਹੀਂ ਸੀ, ਸ਼ਾਮ ਵੀ ਨਹੀਂ ਸੀ, ਤਕਰੀਬਨ ਦੁਪਹਿਰੇ ਦੇ ਵਕਤ ਸੀਗਾ। ਅੱਛਾ ਉਸ ਵੇਲੇ ਪੁਲ ਡੱਕਿਆ ਸੀਗਾ? ਹਾਂ ਡੱਕਿਆ ਜੀ। ਅੱਛਾ ਫਿਰ? ਹਾਂ ਹਾਂ ਫਿਰ ਤੁਹਾਡੇ 'ਤੇ ਸਿੱਖਾਂ ਨੇ ਹਮਲਾ ਕੀਤਾ ਉੱਥੇ? ਹਾਂ ਉੱਥੇ ਹਮਲਾ ਕੀਤਾ, ਮਿਲਟਰੀ ਵੀ ਆਈ ਸੀ ਉੱਥੇ, ਹਕੂਮਤ ਮਿਲਟਰੀ ਵੀ ਸੀਗੀ? ਹਾਂ। ਅੱਛਾ ਉਹਨਾਂ ਨੇ ਵੀ ਕੀਤਾ, ਫਿਰ ਉੱਥੇ ਫਾਇਰਿੰਗ ਬਹੁਤ ਹੋਈ ਉਹਨਾਂ ਦੀ, ਬੰਦੇ ਬਹੁਤ ਮਰੇ, ਲਾਸ਼ਾਂ ਦੇ ਉੱਪਰ ਦੀ ਵੀ ਲੋਕ ਲੰਘੇ ਨੇ। ਅੱਛਾ ਲਾਸ਼ਾਂ ਇੰਨੀਆਂ ਹੋ ਗਈਆਂ ਸੀ, ਮਿਸਾਲ ਵੀ ਉਹਨਾਂ ਦੇ ਉੱਪਰ ਦੀ ਲੋਕ ਲੰਘੇ ਨੇ ਫਿਰ। ਤੁਸੀਂ ਜਿਸ ਵੇਲੇ ਮਤਲਬ ਇਹ ਫਾਇਰਿੰਗ ਹੋ ਰਹੀ ਸੀ, ਤੁਸੀਂ ਕਿੱਥੇ ਕਰਕੇ ਬੈਠੇ ਸੀਗੇ ਜਾਂ ਕਿੱਥੇ ਸੀਗੇ ਤੁਸੀਂ? ਨਹੀਂ ਬਸ ਉਹ ਮਤਲਬ ਦੂਰ ਤੱਕ ਦੇਖੇ ਨਾ ਕਾਫਲਾ, ਦੂਰ ਤੱਕ ਸੀ ਨਾ ਸੜਕ ਪੱਕੀ 'ਤੇ, ਅਤੇ ਉਹ ਕਈ ਲੋਕ ਪਿੱਛੇ ਰਹਿ ਗਏ, ਕੋਈ ਕਿਸੇ ਪਾਸੇ ਸੜਕ ਤੋਂ ਹਟ ਗਿਆ, ਕੋਈ ਕਿਸੇ ਪਾਸੇ ਹਟ ਗਿਆ, ਇੱਦਾਂ ਰਹੇ। ਠੀਕ ਆ। ਉਹ ਤਾਂ ਲੋਕ ਹੀ ਹਨ। ਤੁਸੀਂ ਕਿਹੜੇ ਪਾਸੇ ਹਟ ਕੇ ਤੁਸੀਂ ਕਿੱਧਰ ਨੂੰ ਗਏ ਸੀਗੇ? ਅਸੀਂ ਆਪਣੀ ਜਾਨ ਬਚਾਉਣ ਲਈ ਅਸੀਂ ਤਾਂ ਲੰਘੇ ਤਾਂ ਅਸੀਂ ਪੁਲ ਦੇ ਉੱਤੋਂ ਹੀ ਹੈ। ਨਹੀਂ ਉਹ ਤਾਂ ਬਾਅਦ 'ਚ ਲੰਘੇ ਨਾ, ਜਿਸ ਵੇਲੇ ਪੁਲ ਵਿਹਲਾ ਹੋ ਗਿਆ, ਵਿਹਲਾ ਹੋ ਗਿਆ, ਉਸ ਤੋਂ ਪਹਿਲਾਂ ਜਦੋਂ ਫਾਇਰਿੰਗ ਹੁੰਦੀ ਪਈ ਸੀਗੀ ਤੁਸੀਂ ਆਪਣੀ ਜਾਨ ਬਚਾਉਣ ਨੂੰ ਕਿੱਧਰ ਨੂੰ ਛੁਪੇ ਸੀਗੇ, ਕਿੱਥੇ ਲਿਟ ਗਏ ਸੀ?
ਉੱਥੇ ਜੀ ਹੁਣ ਏਡੀ ਪੱਕੀ ਗੱਲ ਤਾਂ ਯਾਦ ਨਹੀਂ ਉਸ ਵੇਲੇ ਵੀ ਸੜਕ ਤੋਂ ਕਿਹੜੇ ਪਾਸੇ ਹੋ ਗਏ, ਇਸ ਪਾਸੇ ਹੋ ਗਏ ਕਿ ਇਸ ਪਾਸੇ ਹੋ ਗਏ। ਠੀਕ ਆ, ਹਾਂ ਠੀਕ ਆ, ਹਾਂ। ਅੱਛਾ, ਤੁਸੀਂ ਉੱਥੇ ਜਾਨ ਬਚਾਉਣ ਲਈ ਉੱਥੇ ਮਤਲਬ ਲੁਕ ਗਏ? ਹਾਂ ਹਾਂ। ਅੱਛਾ, ਫਿਰ ਜਦੋਂ ਫਾਇਰਿੰਗ ਖਤਮ ਹੋ ਗਈ, ਖਤਮ ਹੋ ਗਈ, ਪੁਲ ਖੁੱਲ ਗਿਆ? ਖੁੱਲ ਗਿਆ। ਫਿਰ ਤੁਸੀਂ ਨਿਕਲੇ? ਫਿਰ ਨਿਕਲੇ। ਅੱਛਾ, ਜਦੋਂ ਫਿਰ ਤੁਸੀਂ ਨਿਕਲੇ, ਤੁਸੀਂ ਜਿਹੜੇ ਤੁਹਾਡੇ ਘਰ ਦੇ ਫੱਦ ਸੀਗੇ ਨਾਲ ਤੁਹਾਡੇ ਟੁਰਨ ਵਾਲੇ, ਉਹ ਸਾਰੇ ਤੁਹਾਡੇ ਨਾਲ ਸੀਗੇ ਜਾਂ ਕੋਈ ਸ਼ਹੀਦ ਤਾਂ ਨਹੀਂ ਹੋਇਆ ਉੱਥੇ? ਸਾਡਾ? ਹਾਂ, ਨਹੀਂ ਸਾਡਾ ਸ਼ਹੀਦ ਕੋਈ ਨਹੀਂ ਹੋਇਆ। ਕੋਈ ਵਿਛੜ ਗਿਆ ਹੋਵੇ? ਵਿਛੜ ਗਈ ਸੀ ਇੱਕ ਕੁੜੀ ਅਤੇ ਦੋ ਕੁੜੀਆਂ। ਅੱਛਾ, ਵੱਡੀ ਨੇ ਛੋਟੀ ਨੂੰ ਚੱਕਿਆ ਹੋਇਆ ਸੀ। ਅੱਛਾ, ਉਹ ਵਿਛੜੀਆਂ ਸੀ, ਪਰ ਉਹ ਫਿਰ ਰਾਤ ਨੂੰ ਨਾ ਇੱਕ ਬੰਦਾ ਲੈ ਆਇਆ ਸੀ ਉੱਥੇ, ਸਾਡਾ ਹੀ ਬੰਦਾ। ਕਿੱਥੇ? ਉੱਥੇ ਕੋਟਲੇ, ਫਰੀਦਕੋਟਲੇ ਲੈ ਆਇਆ? ਹਾਂ ਲੈ ਆਇਆ। ਅੱਛਾ, ਆਹੋ। ਇੱਦਾਂ ਕਈ ਲੋਕ ਫਿਰ ਰਾਤ ਵੀ ਲੰਘੇ ਨੇ ਨਾ, ਕਵਾਦਾਂ 'ਚੋਂ ਨਿਕਲ ਨਿਕਲ ਕੇ ਮਸਾਲਾ ਫਸਲਾਂ 'ਚੋਂ ਨਿਕਲ ਕੇ ਫਿਰ ਰਾਤ ਨੂੰ ਲੰਘੇ ਨੇ। ਹਾਂਜੀ, ਇੱਦਾਂ ਆਏ ਸੀ ਫਿਰ। ਅੱਛਾ, ਅਤੇ ਉਹ ਇਹਨੇ ਕਿ ਫਿਰ ਤੁਹਾਡੇ ਘਰ ਦੇ ਜੀ ਮਲੀਰਕੋਟਲੇ ਸਾਰੇ ਇਕੱਠੇ ਹੋ ਗਏ? ਇਕੱਠੇ ਹੋ ਗਏ। ਕੋਈ ਤੁਹਾਡਾ ਜਾਨੀ ਨੁਕਸਾਨ ਨਹੀਂ ਹੋਇਆ? ਨਹੀਂ। ਕੋਈ ਕੋਈ ਗੱਡੇ ਗੁੱਡੇ ਜਿਹੜੇ ਘਰੋਂ ਉੱਥੋਂ ਲੈ ਕੇ ਨਿਕਲੇ? ਉਹ ਤਾਂ ਸਾਰਾ ਕੁਛ ਰਹਿ ਗਿਆ ਸੀ ਉੱਥੇ, ਉੱਥੇ ਮਾਰਵਾਣਾ ਤਾਂ ਹੀ ਰਹਿ ਗਿਆ। ਉਹ ਉੱਥੇ ਰਹਿ ਗਿਆ, ਕੋਈ ਸਮਾਨ ਸਮੂਹ ਜਿਹੜਾ ਚੁੱਕਿਆ ਸੀ ਉਹ ਵੀ ਉੱਥੇ ਲੈ ਗਏ ਸਾਰਾ ਕੁਛ? ਅੱਛਾ, ਉਹ ਲੈ ਗਏ? ਲੈ ਗਏ। ਠੀਕ। ਅੱਛਾ, ਫਿਰ ਤੁਸੀਂ ਉੱਥੋਂ ਪੁਲ ਕ੍ਰਾਸ ਕਰਕੇ ਮਾਹੁਰਾਣਾ ਦਾ ਫਿਰ ਤੁਸੀਂ ਜਾ ਕੇ ਰੁਕੇ ਆ ਮਲੀਰਕੋਟਲੇ। ਮਲੀਰਕੋਟਲੇ ਰਿਆਸਤ 'ਤੇ ਤੁਸੀਂ ਪਹੁੰਚ ਗਏ? ਉੱਥੇ ਕੋਈ ਕੈਂਪ ਲੱਗਾ ਸੀ ਗਿਆ? ਉੱਦਾਂ ਕੈਂਪ ਲਾਇਆ ਸੀ ਨਾ ਹਕੂਮਤ ਨੇ ਆਪ, ਉਹ ਰਾਸ਼ਨ ਵੀ ਦਿੰਦੇ ਸੀ, ਤੰਬੂ ਲਾਏ ਸੀ ਲਾ ਲੈ। ਅੱਛਾ, ਬਸ ਉੱਥੇ ਵੀ ਰਹਿੰਦੇ ਰਹੇ ਕਾਫੀ ਅਰਸਾ। ਕਿੰਨਾ ਕਰਸਾ ਰਿਹਾ ਹੁਣ? ਤਕਰੀਬਨ ਮੇਰਾ ਖਿਆਲ ਆ ਵੀ ਉੱਥੇ ਮਹੀਨੇ ਤੋਂ ਜ਼ਿਆਦਾ ਹੀ ਰਹੇ। ਅੱਛਾ, ਹਾਂ। ਉਹਨਾਂ ਦਿਨਾਂ 'ਚ ਮੌਸਮ ਕਿੱਦਾਂ ਦਾ ਸੀਗਾ ਜਿੰਨਾਂ ਦਿਨਾਂ ਤੁਸੀਂ ਮਲੀਰਕੋਟਲੇ ਰਹੇ? ਮੌਸਮ ਤਾਂ ਤੁਹਾਨੂੰ ਦੱਸਿਆ ਵੀ ਠੰਡ ਦੀ ਮੌਸਮ ਸੀਗੀ, ਵੀ ਮੂੰਗਫਲੀ ਖੜੀ ਸੀ ਜਾਂ ਕਮਾਲ ਖੜੀ ਸੀ, ਕਮਾਲ ਠੰਡ 'ਚ ਹੁੰਦੇ ਨੇ। ਨਹੀਂ, ਅਸੀਂ ਸੁਣਦੇ ਹਾਂ ਕਿ ਉਹਨਾਂ ਦਿਨਾਂ 'ਚ ਮੀਂਹ ਬੜੇ ਪਏ ਸੀਗੇ। ਮੀਂਹ ਤਾਂ ਪੈਂਦੇ ਸੀ ਬਥੇਰੇ। ਮੀਂਹ ਇੰਨਾ ਪੈਂਦਾ ਸੀਗਾ ਕਿ ਬਈ ਮੀਂਹ ਤਾਂ ਪੈਂਦੇ ਸੀ। ਹਾਂ, ਅਤੇ ਕੋਈ ਬਿਮਾਰੀ ਬਿਮਾਰੀ ਤਾਂ ਨਹੀਂ ਆਈ ਉੱਥੇ? ਨਹੀਂ, ਉੱਥੇ ਕੈਂਪ 'ਚ ਐਡੀ ਬਿਮਾਰੀ ਨਹੀਂ ਸੀ ਆਈ, ਮਸਾਲਾ ਵੀ ਜ਼ਿਆਦਾ ਹੀ ਬਿਮਾਰੀ ਆ ਗਈ। ਇੱਦਾਂ ਤਾਂ ਹੁਣ ਬਿਮਾਰ ਠਮਾਰ ਬੰਦੇ ਹੁੰਦੇ ਰਹਿੰਦੇ ਨੇ ਵਿੱਚ, ਹੈਂਜੀ। ਅੱਛਾ, ਪਰ ਐਡੀ ਬਿਮਾਰੀ ਨਹੀਂ ਸੀ ਆਈ, ਵੀ ਜ਼ਿਆਦਾ ਹੀ ਆ ਗਈ। ਕੈਂਪ ਦੇ ਵਿੱਚ ਕੀ ਦੁਕਾਨਾਂ ਦੁਕਾਨਾਂ ਬਣੀਆਂ ਸੀ ਜਿੱਥੋਂ ਲੋਕੀ ਸਮਾਨ? ਕੁਛ ਨਹੀਂ, ਦੁਕਾਨਾਂ ਨੂੰ ਖਾਣ ਪੀਣ ਨੂੰ ਸਮਾਨ ਫਿਰ ਕੀ ਕਹਿੰਦੇ? ਉਹ ਹਕੂਮਤ ਦਿੰਦੀ ਸੀ ਰਾਸ਼ਨ। ਅੱਛਾ, ਖਾਣ ਵਾਸਤੇ ਆਟਾ ਵੀ ਦਿੰਦੇ ਸੀ ਉਹ? ਹਾਂ ਹਾਂ, ਆਟਾ ਦਿੰਦੇ ਸੀ ਹਕੂਮਤ, ਉੱਥੇ ਆਟਾ ਦਿੰਦੀ ਰਹੀ ਸਾਰਿਆਂ ਨੂੰ। ਹਾਂ ਹਾਂ, ਵੱਢਿਓ ਲੈਣ ਬਣਾ ਲੈਣੀ ਆਟਾ, ਉਹਨਾਂ ਕੋਲ ਪਿਆ ਹੁੰਦਾ ਸੀ, ਇੱਦਾਂ ਢੇਰ ਲਾਇਆ ਹੁੰਦਾ ਸੀ, ਪਰ ਉਹ 'ਚੋਂ ਜਗ ਜਗ ਦੇ ਜਾਣਾ, ਪੁੱਛ ਲੈਣਾ ਵੀ ਜੀ ਕਿੰਨੇ ਨੇ, ਉਸ ਹਿਸਾਬ ਨਾਲ ਦਿੰਦੇ ਸੀ। ਅੱਛਾ, ਹਾਂ। ਫਿਰ ਉੱਥੋਂ ਤੁਸੀਂ ਜਦੋਂ ਮਲੀਰਕੋਟਲੇ ਤੋਂ ਮਹੀਨਾ ਕੁ ਰਹਿਣ ਤੋਂ ਬਾਅਦ ਤੁਹਾਡਾ ਕਾਫਲਾ ਤਿਆਰ ਹੋਇਆ, ਤੁਹਾਡੀ ਹਿਫਾਜ਼ਤ ਲਈ ਉਹਨਾਂ ਨੇ ਕੋਈ ਫੌਜ ਫੌਜ ਵੀ ਲਾਈ ਸੀਗੀ? ਹਿਫਾਜ਼ਤ ਵਾਸਤੇ ਇਹ ਨਹੀਂ ਸਾਨੂੰ ਪਤਾ ਵੀ ਕਿਹੜੀ ਹਕੂਮਤ ਨੇ ਲਾਈ, ਉਹ ਡੋਗਰਿਆਂ ਦੀ ਫੌਜ ਸੀਗੀ ਨਾਲ। ਠੀਕ ਆ, ਉਹਨਾਂ ਡੋਗਰੇ ਕਹਿੰਦੇ ਸੀ। ਠੀਕ ਆ, ਗੋਰਖੇ ਵੀ ਕਹਿੰਦੇ ਸੀ ਡੋਗਰੇ, ਕਹਿੰਦੇ ਮਦਰੇ ਮਦਰੇ ਹੁੰਦੇ ਸੀ, ਇੱਕੋ ਇੱਕੋ ਹਾਣ ਦੇ। ਆਹੋ, ਚਾਈਨਾ ਤਰ੍ਹਾਂ ਦੇ ਨੱਕ। ਹਾਂ ਹਾਂ ਹਾਂ, ਉਹ ਚਾਈਨੀਏ ਜੇ ਸੀਗੇ ਸਾਰੇ ਹੀ, ਪੱਕੇ ਰੰਗ, ਮੋਟੇ ਮੋਟੇ ਨੱਕ, ਮੋਟੇ ਮੋਟੇ ਬੁੱਲ। ਠੀਕ ਆ, ਸਾਰਿਆਂ ਦਾ ਇੱਕੋ ਹੀ ਨਕਸ਼ਾ ਹੁੰਦਾ ਸੀ, ਉਹ ਫੌਜ ਨਾਲ ਲਾਈ ਹੋਈ ਸੀ। ਠੀਕ ਆ, ਹਾਂ। ਉਹ ਫਿਰ ਤੁਹਾਨੂੰ ਆਪਣੀ ਫਾਦਰ 'ਚ ਕਿੱਥੇ ਲੈ ਕੇ ਗਈ ਸੀਗੀ? ਉਹ ਜਿਹੜਾ ਇਹ ਸੀਗਾ ਆਪਣਾ ਬਾਰਡਰ, ਨਹੀਂ ਮਲੀਰਕੋਟਲੇ ਤੋਂ ਤੁਸੀਂ ਫੌਜ ਉੱਥੋਂ ਨਾਲ ਸੀ ਤੇ ਨਾਲ ਫਿਰ। ਹਾਂ, ਅਤੇ ਉਹ ਲੈ ਕੇ ਤੁਹਾਨੂੰ ਲੈ ਕੇ ਤੁਰ ਪਈ? ਲੈ ਕੇ ਤੁਰ ਪਏ। ਅਤੇ ਉੱਥੋਂ ਮਲੀਰਕੋਟਲੇ ਤੋਂ ਪਹਿਲਾਂ ਕਿਹੜਾ ਸ਼ਹਿਰ ਆਇਆ ਸੀ ਜਿੱਥੇ ਤੁਹਾਨੂੰ? ਉਹ ਨਹੀਂ ਯਾਦ ਹੈਗਾ ਵੀ ਕਿਹੜਾ ਸ਼ਹਿਰ ਪਹਿਲਾਂ ਆਇਆ ਸੀ, ਮਤਲਬ ਜਿੱਥੇ ਤੱਕ ਜਾਂਦੇ ਸੀ ਪਹੁੰਚਦੇ ਸੀ। ਹਾਂ ਹਾਂ, ਉੱਥੇ ਤੱਕ ਪਹੁੰਚਦੇ ਸੀ ਪੈਦਲ? ਜਿਹੜੇ ਕੋਈ ਬਿਮਾਰ ਠਿਮਾਰ ਹੁੰਦੇ ਸੀ ਨਾ, ਜਾਂ ਬਹੁਤੇ ਬੱਚੇ ਜਾਂ ਬਹੁਤੇ ਬੁੜੇ ਨਹੀਂ ਸੀ ਤੁਰ ਸਕਦੇ, ਜਾਂ ਕੋਈ ਜ਼ਖਮੀ, ਹਾਂਜੀ, ਉਹਨਾਂ ਵਾਸਤੇ ਮਤਲਬ ਬੱਸਾਂ ਜਾਂਦੀਆਂ ਸੀ ਇੱਧਰੋਂ, ਉਹ ਉਹਨਾਂ ਨੂੰ ਚੱਕ ਲਿਆਉਂਦੇ ਸੀ। ਉਹ ਜਿੱਥੇ ਕੈਂਪ ਲੱਗਣਾ ਹੁੰਦਾ ਸੀ ਨਾ, ਅੱਗੇ ਜਾ ਕੇ ਮਿਸਾਲ 30 ਮੀਲ 'ਤੇ ਜਾਂ 25 ਮੀਲ 'ਤੇ ਲੱਗਣਾ, ਉਹਨਾਂ ਨੂੰ ਤਾਂ ਪਤਾ ਹੁੰਦਾ ਸੀ ਵੀ ਕਿੱਥੇ ਲਾਉਣਾ, ਉਹ ਫਿਰ ਉੱਥੇ ਜਾ ਕੇ ਉਹਨਾਂ ਨੇ ਉਹ ਉਤਾਰ ਦੇਣੇ ਪਿਛਲੇ ਕੈਂਪ 'ਤੇ, ਫਿਰ ਉੱਥੇ ਪਹੁੰਚ ਜਾਣਾ। ਠੀਕ ਆ, ਫਿਰ ਰਾਤ ਉੱਥੇ ਰਹਿਣਾ, ਸੁਬਾਹ ਨੂੰ ਉੱਥੋਂ ਫਿਰ ਚੱਲ ਪੈਣਾ। ਅੱਛਾ, ਹਾਂ, ਇੱਦਾਂ ਆਏ ਨੇ ਫਿਰ। ਫਿਰ ਤੁਹਾਨੂੰ ਕੋਈ ਯਾਦ ਪੈਂਦਾ ਵੀ ਪਹਿਲੀ ਦਫ਼ਾ ਕੈਂਪ ਤੁਹਾਡਾ ਕਿੱਥੇ ਕਰਕੇ? ਇਹ ਨਹੀਂ ਯਾਦ। ਅੱਛਾ, ਦੂਸਰੀ ਜਗ੍ਹਾ? ਇੱਕ ਜਗ੍ਹਾ ਦਾ ਯਾਦ ਆ ਵੀ ਉਹ ਰਾਇਆਕੋਟ ਸੀਗਾ, ਰਾਇਆਕੋਟ, ਹਾਂ, ਉੱਥੇ ਲੱਗਾ ਸੀ ਕੈਂਪ। ਠੀਕ ਆ, ਉੱਥੇ ਸਭ ਤੋਂ ਪਹਿਲਾਂ ਵੀ ਇੱਕ ਕੈਂਪ ਉੱਠ ਕੇ ਗਿਆ ਸੀ ਸਭ ਤੋਂ ਅੱਗੇ। ਠੀਕ ਆ, ਉਹਨਾਂ ਦੀਆਂ ਚੱਕੀਆਂ ਚੁੱਕੀਆਂ, ਆਟਾ ਸ਼ਾਟਾ ਨਾ ਉੱਦਾਂ ਹੀ ਪਿਆ ਦਿਖਦਾ ਸੀ ਸਾਨੂੰ। ਅੱਛਾ, ਉੱਥੇ ਵੀ ਕੈਂਪ ਲੱਗਾ ਸੀ ਉਹ ਰਾਇਆਕੋਟ ਦੇ ਵਿੱਚ। ਅੱਛਾ, ਹਾਂਜੀ। ਤੁਹਾਡੇ ਉਸ ਜਦੋਂ ਤੁਸੀਂ ਇਸ ਰਾਹ 'ਚ ਤੁਸੀਂ ਕਾਫਲੇ ਤੁਰਦੇ ਹਾਂ, ਤੁਹਾਡੇ 'ਤੇ ਕਿਸੇ ਨੇ ਹਮਲਾ ਤਾਂ ਨਹੀਂ ਕੀਤਾ? ਨਹੀਂ। ਅੱਛਾ, ਹਮਲਾ ਇੱਕ ਤਰੀਕੇ ਨਾਲ ਹੁੰਦਾ ਸੀ। ਹਾਂ, ਉਹਨਾਂ ਦਾ ਹੁਕਮ ਇਹ ਸੀਗਾ ਵੀ ਇਹ ਕਾਫਲੇ ਤੋਂ ਬਾਹਰ ਨਿਕਲ ਕੇ ਕਿਸੇ ਫਸਲਾਂ 'ਚ ਨਹੀਂ ਵੜਨਾ, ਵੀ ਬਾਹਰ ਨਹੀਂ ਨਿਕਲਣਾ। ਅੱਛਾ, ਅਤੇ ਉਹ ਜੇ ਕੋਈ ਬਾਹਰ ਨਿਕਲਦਾ ਸੀ ਉਹ ਤਾਂ ਫੜਿਆ ਜਾਂਦਾ ਸੀ ਫਿਰ, ਨਹੀਂ ਤਾਂ ਫਿਰ ਕਾਫਲੇ 'ਚੋਂ ਬਾਹਰ ਕੋਈ ਨਿਕਲਦਾ ਨਹੀਂ ਸੀ ਬੰਦਾ। ਅੱਛਾ, ਹਾਂ।
ਉਹ ਫਿਰ ਬਾਰਡਰ ਤੱਕ ਆਏ ਨੇ ਨਾਲ ਬਾਰਡਰ ਤੱਕ ਜਿਹੜਾ ਉਹ ਗੰਡਾ ਸਿੰਘ ਵਾਲਾ ਹਾਂ ਹਾਂ ਆਹੋ ਗੰਡਾ ਸਿੰਘ ਵਾਲੇ ਬਾਰਡਰ ਆਹੋ ਇਹੀ ਬਾਰਡਰ ਸੀ ਨਾ ਹਾਂ ਇਧਰੋਂ ਦੀ ਤੁਸੀਂ ਆਏ ਕਸੂਰ ਕੋਲ ਕਸੂਰ ਕੋਲੋਂ ਦੀ ਹਾਂ ਗੰਡਾ ਸਿੰਘ ਟੱਪ ਕੇ ਆਏ ਫਿਰੋਜ਼ਪੁਰ ਕੋਲੋਂ ਦੀ ਹਾਂ ਹਾਂ ਅੱਛਾ ਉਸ ਜਿਹੜਾ ਗੰਡਾ ਸਿੰਘ ਦਾ ਬਾਰਡਰ ਤੁਸੀਂ ਦਰਿਆ ਕ੍ਰਾਸ ਕਰਨ ਲੱਗੇ ਉਸ ਤੋਂ ਪਹਿਲੇ ਤਾਂ ਕੋਈ ਨਹੀਂ ਫਿਰ ਹਮਲਾ ਹੋਇਆ ਤੁਹਾਡੇ ਤੇ ਨਹੀਂ ਫਿਰ ਕੋਈ ਕਿਸੇ ਨੇ ਰੋਕਿਆ ਹੋਵੇ ਨਹੀਂ ਨਹੀਂ ਫਿਰ ਕੋਈ ਨਹੀਂ ਹੋਇਆ ਅੱਛਾ ਫਿਰ ਤੁਸੀਂ ਗੰਡਾ ਸਿੰਘ ਨੰਗ ਆਏ ਪਾਕਿਸਤਾਨ ਦੀ ਸਾਈਡ ਤੇ ਦਾਖਲ ਹੋ ਗਏ ਉੱਥੇ ਵੀ ਕੈਂਪ ਲੱਗਾ ਸੀਗਾ ਜਾਂ ਕਸੂਰ ਕੈਂਪ ਲੱਗਾ ਸੀਗਾ ਕਸੂਰ ਲੱਗਾ ਸੀ ਅੱਛਾ ਕਸੂਰ ਕੈਂਪ ਲੱਗਾ ਸੀ ਉੱਥੇ ਵੀ ਆਟਾ ਉਟਾ ਮਿਲਦਾ ਸੀ ਹਾਂ ਹਾਂ ਉੱਥੇ ਵੀ ਦਿੰਦੇ ਸੀ ਠੀਕ ਆ ਉੱਥੇ ਕਸੂਰ ਕਿੰਨੇ ਕੁ ਦਿਨ ਰਹੇ ਉੱਥੇ ਹੁਣ ਪੱਕਾ ਦਿੱਤਾ ਯਾਦ ਨਹੀਂ ਮਤਲਬ ਕਾਫੀ ਦਿਨ ਰਹੇ ਸੀ ਕੋਈ ਗੱਲ ਨਹੀਂ ਠੀਕ ਹੈ ਹੁਣ ਇਹ ਦੱਸੋ ਕਿ ਬਈ ਜਿਹੜੀ ਵੱਡੀ ਈਦ ਆ ਵੱਡੀ ਈਦ ਕੁਰਬਾਨੀ ਵਾਲੀ ਹਾਂ ਹਾਂ ਸਮਝ ਗਏ ਇਹ ਤੁਹਾਨੂੰ ਯਾਦ ਪੈਂਦਾ ਵੀ ਤੁਸੀਂ ਇਹ ਕਿੱਥੇ ਕੀਤੀ ਸੀਗੀ ਯਾਨੀ ਕਿ ਸਾਨੂੰ ਨਹੀਂ ਯਾਦ ਹੈ ਅੱਛਾ ਇਹ ਨਹੀਂ ਯਾਦ ਰਹਿੰਦਾ ਨਹੀਂ ਅੱਛਾ ਠੀਕ ਕਸੂਰ ਤੁਸੀਂ ਰਹਿ ਗਏ ਕਾਫੀ ਦਿਨ ਰਹੇ ਫਿਰ ਉੱਥੋਂ ਤੁਸੀਂ ਕਿਹੜੇ ਸ਼ਹਿਰ ਨੂੰ ਗਏ ਉੱਥੋਂ ਤੁਹਾਨੂੰ ਦੱਸ ਦਿਆਂ ਹੁਣ ਹਾਂਜੀ ਉੱਥੋਂ ਇੱਦਾਂ ਗਏ ਵੀ ਜਿੱਧਰ ਜਿੱਧਰ ਕਿਸੇ ਦੇ ਰਿਸ਼ਤੇਦਾਰ ਨੇ ਪਾਕਿਸਤਾਨ 'ਚ ਜਾਣਾ ਪਛਾਣਾ ਸੀਗੀਆਂ ਉੱਥੋਂ ਉੱਥੋਂ ਲੋਕ ਚਲੇ ਗਏ ਠੀਕ ਆ ਹਾਂ ਹਾਂ ਇੱਦਾਂ ਆਏ ਸੀ ਫਿਰ ਅਤੇ ਤੁਹਾਡੀ ਜਾਣ ਪਛਾਣ ਕਿੱਧਰ ਨੂੰ ਸੀਗੀ ਅਸੀਂ ਆਏ ਸੀ ਫਿਰ ਪਹਿਲਾਂ ਫੈਸਲਾਬਾਦ ਹਾਂ ਸ਼ਹਿਰ 'ਚ ਆਹੋ ਫਿਰ ਟੋਭੇ ਆ ਗਏ ਟੋਭੇ ਆ ਗਏ ਟੋਭੇ ਦੇ ਕੋਲ ਚੱਕ ਰਾਂਝਾ ਦਾ ਜਾਜਾ ਚੱਕ ਹੁਣ ਵੀ ਹੈਗਾ ਹੈਗਾ ਹਾਂ ਹੈਗਾ ਉੱਥੇ ਅਸੀਂ ਰਹੇ ਫਿਰ ਕਾਫੀ ਦਿਨ ਅੱਛਾ ਜਾਜੇ 'ਚ ਹਾਂ ਹਾਂ ਸਰਦੇ ਰਾਂਝਾ ਨਾਲ ਪਿੰਡ ਹੈ ਹਾਂ ਅਤੇ ਉਹ ਜਾਜੇ 'ਚ ਅਸੀਂ ਰਹੇ ਕਾਫੀ ਦਿਨ ਅੱਛਾ ਉੱਥੋਂ ਫਿਰ ਅਸੀਂ ਸਾਡੇ ਬੰਦੇ ਇੱਥੇ ਵੀ ਪਹੁੰਚ ਗਏ ਸੀ ਕਾਫੀ ਪਹਿਲਾਂ ਅੱਛਾ ਤੋਂ ਪਹਿਲਾਂ ਕਈ ਬੰਦੇ ਉਹ ਫਿਰ ਇਹਨਾਂ ਜ਼ਮੀਨਾਂ ਦਾ ਕੁਛ ਉਹਨਾਂ ਨੇ ਦੱਸਿਆ ਦੱਸਿਆ ਵੀ ਉੱਥੇ ਆਪਾਂ ਨੂੰ ਜ਼ਮੀਨ ਮਿਲਣੀ ਹੈ ਇੱਥੇ ਫਿਰ ਇਕੱਠੇ ਹੋਣ ਲੱਗ ਗਏ ਸਾਰੇ ਸੱਦਣ ਲੱਗ ਗਏ ਬੁਲਾਉਣ ਲੱਗ ਗਏ ਅੱਛਾ ਇੱਥੇ ਇਕੱਠੇ ਹੋ ਗਏ ਇੱਥੇ ਜ਼ਮੀਨਾਂ ਮਿਲ ਗਈਆਂ ਇਹਦਾ ਕਹਾਣੀ ਤਾਂ ਬਸ ਇੰਨੀ ਹੋਇਆ ਅਤੇ ਜਾਜੇ ਪਿੰਡ 'ਤੇ ਤੁਸੀਂ ਉੱਥੇ ਤੁਹਾਨੂੰ ਜ਼ਮੀਨਾਂ ਸ਼ਮੀਨਾਂ ਕੋਈ ਨਹੀਂ ਸੀ ਮਿਲੀਆਂ ਉੱਥੇ ਜ਼ਮੀਨਾਂ ਜ਼ਮੀਨਾਂ ਨਹੀਂ ਮਿਲੀਆਂ ਅੱਛਾ ਇੱਥੇ ਤੁਹਾਨੂੰ ਫਿਰ ਜ਼ਮੀਨ ਮਿਲ ਗਈ ਇੱਥੇ ਮਿਲੀਆਂ ਨੇ ਅੱਛਾ ਆ ਜ਼ਮੀਨਾਂ ਸਾਰੀਆਂ ਇੱਥੇ ਵੀ ਮਿਲੀਆਂ ਲੋਕਾਂ ਨੂੰ ਉੱਥੇ ਉਹ ਜਿੰਨੀ ਕਲੇਮ ਜਗ੍ਹਾ ਛੱਡ ਕੇ ਕਲੇਮ ਕਲੂਮ ਨਹੀਂ ਸਾਡਾ ਕਲੇਮ ਤਾਂ ਇਹ ਕਈਆਂ ਦੇ ਕਲੇਮ ਕੋਈ ਕਿਸੇ ਮਿਸਾਲ ਉਹ ਲਾਹੌਰ ਦੇ ਕੋਲ ਟੋਰੀ 'ਚ ਅੱਛਾ ਉਸ ਰੇ ਮਤਲਬ ਤੁਸੀਂ ਤਕਰੀਬਨ ਫਿਰ ਸ਼ੁਰੂ ਸ਼ੁਰੂ ਦੇ ਵਿੱਚ ਫਿਰ ਇਸੇ ਪਿੰਡ 'ਚ ਆ ਗਏ ਕੱਕੀ ਕੋਹਨਾ ਦੇ ਵਿੱਚ ਆ ਗਏ ਉੱਥੋਂ ਉੱਥੋਂ ਜਾਜੇ 'ਚ ਜਾਜੇ 'ਚ ਫਿਰ ਇੱਥੇ ਆ ਗਏ ਠੀਕ ਆ ਹਾਂ ਜਾਜੇ 'ਚ ਅਗਰ ਅਸੀਂ ਰਹੇ 98 ਚੱਕ ਨਹਿਰ ਤੋਂ ਪਾਰ ਹਾਂ ਹਾਂ ਉੱਥੇ ਰਹੇ ਅੱਛਾ ਕੋਈ ਮੇਰਾ ਖਿਆਲ ਹੈ 5-6 ਮਹੀਨੇ ਹਾਂ ਹਾਂ ਬਸ ਉੱਥੋਂ ਫਿਰ ਜ਼ਮੀਨ ਮਿਲਣ ਆ ਗਈ ਜ਼ਮੀਨ ਮਿਲ ਗਈ ਇੱਥੇ ਆ ਗਏ ਅੱਛਾ ਬਸ ਮੈਂ ਤਾਂ ਇਹ ਸੁਣਦਾ ਵੀ ਤੁਹਾਡੇ ਇਲਾਕੇ ਦੇ ਲੋਕਾਂ ਨੇ ਕਹਿੰਦੇ ਵੀ ਸਾਨੂੰ ਝੰਗ ਦਾ ਇਲਾਕਾ ਦੇ ਉੱਥੇ ਕੋਈ ਤੁਹਾਡਾ ਇਲਾਕੇ ਦਾ ਕੋਈ ਅਫਸਰ ਲੱਗਾ ਸੀਗਾ ਨਹੀਂ ਸਾਡਾ ਮੈਨੂੰ ਇਸ ਗੱਲ ਦਾ ਨਹੀਂ ਪਤਾ ਅੱਛਾ ਠੀਕ ਠੀਕ ਜਾਂ ਇਹਨਾਂ ਨੂੰ ਤੁਹਾਡੇ ਉਹ ਦਰਿਆਵਾਂ ਬਾਹਰ ਤ੍ਰਿਮੂ ਵਾਲੇ ਪਾਸੇ ਜ਼ਮੀਨ ਮਿਲੀ ਸੀਗੀ ਤੁਹਾਡੇ ਇਲਾਕੇ ਦੇ ਲੋਕਾਂ ਨੂੰ ਕਈ ਲੋਕਾਂ ਨੂੰ ਮਿਲੀ ਹੋਣੀ ਪਰ ਸਾਡੀ ਨਹੀਂ ਸੀ ਉੱਧਰ ਅੱਛਾ ਠੀਕ ਠੀਕ ਹੁਣ ਤੁਸੀਂ ਇਹ ਦੱਸੋ ਕਿ ਬਈ ਤੁਹਾਡਾ ਵਿਆਹ ਜਿਹੜਾ ਉਹ ਕਿੰਨੀ ਉਮਰ 'ਚ ਹੋਇਆ ਸੀਗਾ ਉਮਰ ਉਮਰ ਵਾਲਾ ਹਿਸਾਬ ਨਹੀਂ ਮੇਰੇ ਕੋਲ ਸ਼ਾਦੀਆਂ ਹੋਈਆਂ ਨੇ ਦੋ ਅੱਛਾ ਠੀਕ ਆ ਇੱਕ ਪਹਿਲਾਂ ਹੋਈ ਠੀਕ ਆ ਉਦੋਂ 20 ਸਾਲ ਦੀ ਮੇਰਾ ਖਿਆਲ 25 ਸਾਲ ਦੀ ਉਮਰ ਹੋਣੀ ਹੈ ਉਹ ਤੋਂ ਬਾਅਦ ਫਿਰ ਸਾਲ ਕੁ ਤੋਂ ਮੇਰੇ ਖਿਆਲ 2 ਤੋਂ ਬਾਅਦ ਫਿਰ ਸ਼ਾਦੀ ਹੋਈ ਹੈ ਅੱਛਾ ਹਾਂ ਪਹਿਲੇ ਵਾਲੇ ਜਿਹੜੇ ਉਹ ਕੀ ਅੱਲਾ ਨੂੰ ਪਿਆਰੇ ਹੋ ਗਏ ਸੀਗੇ ਹਾਂ ਅੱਛਾ ਉਹਦੇ 'ਚ ਕੋਈ ਔਲਾਦ ਨਹੀਂ ਸੀ ਨਹੀਂ ਨਹੀਂ ਕੋਈ ਨਹੀਂ ਸੀ ਅੱਛਾ ਫਿਰ ਦੂਸਰੀ ਸ਼ਾਦੀ ਹੋਈ ਇਹਦੀ ਸ਼ਾਦੀ ਜਿਹੜੀ ਤੁਹਾਡੀ ਹੋਈ ਤੁਹਾਡੀ ਆਪਣੀ ਬਰਾਦਰੀ ਵਿੱਚ ਹੋਈ ਤੁਹਾਡੀ ਆਪਣੀ ਕੌਮ ਵਿੱਚ ਹੋਈ ਬਰਾਦਰੀ ਵਿੱਚ ਹਾਂ ਹਾਂ ਬਰਾਦਰੀ 'ਚ ਅਤੇ ਸਹੁਰੇ ਤੁਹਾਡੇ ਕਿੱਥੇ ਰਹਿੰਦੇ ਸੀਗੇ ਸਹੁਰੇ ਉਹ ਹੁਣ ਵੀ ਰਹਿੰਦੇ ਨੇ ਪਰਿਵਾਰ ਰਹਿੰਦੇ ਨੇ ਸਰਗੋਧੇ ਤੋਂ ਬੜਾ ਪਰਿਵਾਰ ਦੋਰਾ ਰਹਿੰਦੇ ਨੇ ਅੱਛਾ ਫਿਰ ਜਿਹੜੇ ਤੁਸੀਂ ਇੱਥੋਂ ਵਿਆਹਣ ਲਈ ਬਰਾਤ ਬਣਾ ਕੇ ਗਏ ਸੀਗੇ ਕਾਹਦੇ 'ਤੇ ਗਈ ਸੀ ਬਰਾਤ ਬਰਾਤ ਇੱਥੋਂ ਗੱਡੀ ਬੈਠੇ ਹੋਏ ਅਤੇ ਰੇਲ ਹਾਂ ਹਾਂ ਉਹ ਤਾਂ ਬੱਸਾਂ ਬੱਸਾਂ 'ਚ ਲੋਕ ਜਾਂਦੇ ਨਾਲੇ ਦੂਰ ਦਾ ਸਫ਼ਰ ਦੇ ਨਾ ਹਾਂ ਹਾਂ ਇੱਥੋਂ ਠੀਕ ਆ ਹਾਂ ਰੇਲ 'ਤੇ ਗਏ ਰੇਲ 'ਤੇ ਗਏ ਸੀ ਉੱਧਰ ਵੀ ਰੇਲ 'ਚ ਆ ਗਏ ਅੱਛਾ ਹਾਂ ਅਤੇ ਉੱਥੇ ਤੁਹਾਨੂੰ ਉਹਨਾਂ ਨੇ ਕਿੰਨੇ ਕੁ ਦਿਨ ਰੱਖਿਆ ਸੀਗਾ ਬਰਾਤ ਨੂੰ ਸਾਨੂੰ 3 ਦਿਨ 3 ਦਿਨ ਫਿਰ ਉੱਥੇ ਤੁਹਾਨੂੰ ਕੀ ਖਾਣ ਪੀਣ ਲਈ ਕੀ ਦਿੱਤਾ ਸੀ ਸਾਨੂੰ ਮਿਠਾਈ ਦਿੱਤੀ ਬੱਕਰੇ ਦਾ ਗੋਸ਼ਤ ਦਿੱਤਾ ਹਾਂ 3 ਦਿਨ ਇਹੀ ਕਰਦਾ ਹੈ ਅੱਛਾ ਅਤੇ ਤੁਸੀਂ ਫਿਰ ਕਿੰਨਾ ਕੁ ਇੱਥੋਂ ਆਪਣੇ ਮਤਲਬ ਜੇਵਰ ਬਣਾ ਕੇ ਅਤੇ ਬਰਾਤੀ ਬਰੂਤੀ ਕਿੰਨੇ ਕੁ ਲੋਕ ਲੈ ਕੇ ਗਏ ਸੀਗੇ ਜੇਵਰ ਤਾਂ ਕੋਈ ਮਤਲਬ ਸੀਗਾ ਨਾ 4-5 ਤੋਲੇ ਠੀਕ ਆ ਬਾਕੀ ਬੜੀਆਂ ਛੜੀਆਂ ਕੱਪੜਾ ਛੱਪੜੇ ਜਿਹੜੇ ਹੁੰਦੇ ਉਹ ਤਾਂ ਹੁੰਦੇ ਹੀ ਨੇ ਹਾਂ ਹਾਂ ਇਹ ਲਗਾਏ ਸੀ ਅਤੇ ਬਰਾਤੀ ਕਿੰਨੇ ਕੁ ਗਏ ਸੀ ਬਰਾਤੀ ਵੀ ਸੀਗੇ ਮੇਰਾ ਖਿਆਲ 25-30 25-30 ਉਹਨਾਂ ਵਿੱਚ ਜਨਾਨੀਆਂ ਵੀ ਸ਼ਾਮਿਲ ਸੀਗੀਆਂ ਔਰਤਾਂ ਨਹੀਂ ਔਰਤਾਂ ਨੂੰ ਨਹੀਂ ਸੀ ਲੈ ਕੇ ਨਹੀਂ ਕੋਈ ਨਹੀਂ ਸੀ ਮਰਦ ਸੀਗੇ ਸਿਰਫ ਅੱਛਾ ਠੀਕ ਠੀਕ ਫਿਰ ਅੱਛੀ ਨਿਭ ਗਈ
ਅੱਛੀ ਨਿਭ ਗਈ ਤੁਹਾਡੀ? ਅੱਛੀ ਨਿਭ ਗਈ। ਅੱਲਾ ਨੇ ਕਿੰਨੀ ਔਲਾਦ ਦਿੱਤੀ? ਔਲਾਦ 4 ਬੱਚੇ 2 ਬੱਚੀਆਂ। ਅੱਛਾ, ਸਾਰੇ ਵਿਆਹੇ ਹੋਏ, ਆਪਣੇ ਕਾਰੋਬਾਰ ਖੁਸ਼? ਹਾਂ, ਬੱਚਦੇ ਨੇ। ਠੀਕ ਠੀਕ। ਹੁਣ ਤੁਸੀਂ ਇਹ ਦੱਸੋ ਕਿ ਵੀ ਜਿਹੜਾ ਸਾਡਾ ਇਹ ਮੁਲਕ ਆ ਪਾਕਿਸਤਾਨ ਜਿਹੜਾ ਸਾਨੂੰ ਮਿਲਿਆ, ਇਹਦੇ ਆਉਣੇ ਵਾਲੀ ਨਸਲ ਲਈ ਤੁਸੀਂ ਕੀ ਪੈਗਾਮ ਦੇਣਾ ਚਾਹੋਗੇ? ਬੱਚਿਆਂ ਨੂੰ ਕੀ ਕਰਨਾ ਚਾਹੀਦਾ ਇਸ ਮੁਲਕ ਦੀ ਫਲਾਹ ਲਈ, ਬਿਹਤਰੀ ਲਈ? ਦੇਖੋ ਜੀ, ਮੇਰੀ ਗੱਲ ਸੁਣੋ, ਇਹ ਆਪਣੀ ਸੋਚ ਹੈ। ਇੱਕ ਬੰਦਾ ਮੁਲਕ ਉਜਾੜਨਾ ਚਾਹੁੰਦਾ, ਇੱਕ ਬੰਦਾ ਫਸਾਉਣਾ ਚਾਹੁੰਦਾ, ਹਮਦਰਦੀ ਕਰਨੀ ਚਾਹੁੰਦਾ। ਹੁਣ ਸਾਨੂੰ ਉਹਨਾਂ ਦਾ ਕੀ ਪਤਾ ਵੀ ਉਹ ਕੀ ਸੋਚਣਗੇ? ਅੱਛਾ, ਹਾਂ ਨਹੀਂ, ਤੁਸੀਂ ਤਾਂ ਵਸਾਉਣੇ ਵਾਲੇ ਦੀ ਗੱਲ ਕਰੋ ਨਾ, ਵੀ ਜਦੋਂ ਵਸਾਉਣੇ ਵਾਲਿਆਂ ਨੂੰ ਕੀ ਕਰਨਾ ਚਾਹੀਦਾ? ਅੱਛਾ, ਇਹ ਦੱਸੋ ਵੀ ਤੁਹਾਡੇ ਪਿੱਛੇ ਕੋਈ ਮੇਲੇ ਸ਼ੇਲੇ ਵੀ ਲੱਗਦੇ ਸੀਗੇ? ਹਾਂ, ਮੇਲੇ ਬਹੁਤ ਲੱਗਦੇ ਸੀ। ਕੋਈ ਦੱਸੋ ਹਾਂ, ਉਸ ਵਕਤ ਕੋਈ ਕਿਹੜੇ ਮੇਲੇ ਲੱਗਦੇ ਸੀ ਅਤੇ ਕਿੱਥੇ ਕਿੱਥੇ ਲੱਗਦੇ? ਮੇਲੇ ਘੋਲ ਹੁੰਦੇ ਸੀ ਜ਼ਿਆਦਾ। ਅੱਛਾ, ਕਬੱਡੀਆਂ ਹੁੰਦੀਆਂ ਸੀ, ਹਾਂ ਹਾਂ, ਜਲਸੇ ਹੁੰਦੇ ਸੀ, ਨਕਲਾਂ ਲੱਗਦੀਆਂ ਸੀ, ਇਹ ਸਾਰਾ ਕੁਛ ਹੁੰਦਾ ਸੀ। ਅੱਛਾ, ਤੁਸੀਂ ਵੀ ਹਰ ਜਗ੍ਹਾ 'ਤੇ ਸ਼ੌਕ ਨਾਲ ਜਾਂਦੇ ਸੀਗੇ? ਰਾਗ ਤੁਹਾਡੇ ਪਿੰਡ 'ਚ ਮੈਂ ਉਹ ਸਦੀਪ ਉਹ ਨਹੀਂ ਆਉਂਦਾ ਸ਼ਰੀਫ, ਹਾਂ ਹਾਂ, ਤੁਹਾਡੇ ਪਿੰਡ 'ਚ ਆਉਂਦਾ ਨਹੀਂ ਘੁਮਾ ਦਾਂਗੇ? ਆਉਂਦਾ ਆਉਂਦਾ, ਬਸ ਇਹ ਰਾਗੀ ਹੁੰਦੇ ਸੀ, ਇਹਨਾਂ ਦਾ ਸਵਾਦ ਹੁੰਦਾ ਸੀ ਰਾਗੀ। ਕਿਹੜਾ ਉਹ ਵਾਲਾ ਸਦੀਕ? ਸਦੀਕ। ਅੱਛਾ, ਹਾਂ, ਇਹ ਵੀ ਹੁੰਦਾ ਸੀ, ਹੋਰ ਰਾਗੀ ਬਹੁਤ ਹੁੰਦੇ ਸੀ। ਅਤੇ ਦੂਸਰਾ ਇੱਕ ਡੋਗਰ ਹੁੰਦਾ ਸੀਗਾ? ਡੋਗਰ ਵੀ ਸੀਗਾ, ਛਪਾੜ ਦਾ। ਛਪਾੜ ਦਾ, ਉਹਨੂੰ ਤੁਸੀਂ ਕਿੱਥੇ ਕਿੱਥੇ ਸੁਣਿਆ? ਉਹ ਤਾਂ ਇੱਥੇ ਸਾਡੇ ਪਿੰਡ 'ਚ, ਇੱਥੇ ਵੀ ਗਾ ਕੇ ਗਿਆ। ਅੱਛਾ, ਇਸ ਪਿੰਡ 'ਚ ਜਿੱਥੇ ਹੁਣ ਬੈਠੇ ਨਾ, ਇੱਥੇ ਵੀ ਗਾ ਗਿਆ, ਹਿੰਦੁਸਤਾਨ 'ਚ ਵੀ ਸੁਣਿਆ। ਅੱਛਾ, ਇਹ ਡੋਗਰ ਛਪਾਰ ਦੇ ਬਾਰੇ ਤਾਂ ਮੈਂ ਇਹ ਸੁਣਦਾ ਵੀ ਸਰਦਾਰ ਲੋਕ ਜਿਹਨਾਂ ਨੇ ਆਪਣੀ ਕੁੜੀ ਦੇ ਦਿਨ ਨਹੀਂ ਸੀ ਦਿੰਦੇ ਹੁੰਦੇ, ਉਹ ਸ਼ਰਤ ਰੱਖਦੇ ਹੁੰਦੇ ਸੀ ਵੀ ਤੁਸੀਂ ਪਹਿਲੇ ਡੋਗਰ ਛਪਾੜੀ ਨੂੰ ਬੁਲਾਉਣਾ ਵਾ। ਹਾਂ, ਉਹ ਗਮਾਂਤਰੀ ਮਸ਼ਾ ਘੁਲਤੀ ਨਾ ਜ਼ਿਆਦਾ। ਅੱਛਾ, ਜ਼ਿਆਦਾ ਰਾਗ ਜਾਣਦਾ ਸੀ, ਇਸ ਕਰਕੇ ਲੋਕ ਸ਼ੌਕ ਰੱਖਦੇ ਸੀ। ਅੱਛਾ, ਵੀ ਉਹਨੂੰ ਸੁਣੀਏ, ਉਹ ਕਾਫੀ ਰਾਗ ਜਾਣਦਾ ਸੀ ਉਹ। ਹੁਣ ਤਾਂ ਰਾਗੀ ਉਹਨੇ ਰਾਗ ਨਹੀਂ ਜਾਣਦੇ ਜਿੰਨਾ ਉਹ ਜਾਣਦਾ ਸੀ, ਫਿਰ ਉਹਦਾ ਆਵਾਜ਼ ਵੀ ਅੱਛਾ ਸੀ, ਚੰਗਾ। ਠੀਕ ਆ, ਅਤੇ ਇਸ ਕਰਕੇ ਉਹਨੂੰ ਫਿਰ ਸ਼ੌਕ ਨਾਲ ਲੋਕ ਕਹਿੰਦੇ ਸੀ ਅਸੀਂ ਰਿਸ਼ਤਾ ਹੋਰ ਦੇਵਾਂਗੇ ਜੀ, ਤੁਸੀਂ ਡੋਗਰ ਦੇ ਆ। ਠੀਕ ਆ, ਹਾਂ। ਅੱਛਾ, ਫਿਰ ਜਦੋਂ ਉਹ ਆਉਂਦਾ ਸੀ ਪਿੰਡ 'ਚ, ਫਸਲ ਜਿਸਨੇ ਦਾਵਾ ਦਿੱਤੀ ਆ ਉਹਨੂੰ ਸੁਣਨ ਲਈ, ਫਿਰ ਉੱਥੇ ਜਿਵੇਂ ਮਜਮਾ ਬਣਦਾ ਸੀਗਾ ਉਹਨੂੰ ਸੁਣਨ ਲਈ? ਹਾਂ, ਸਾਰਾ ਪਿੰਡ ਇਕੱਠਾ ਹੋ ਜਾਂਦਾ ਸੀ। ਕਿੱਦਾਂ ਇਕੱਠਾ ਹੋਵੇ, ਕਿੱਦਾਂ ਕਿੱਦਾਂ ਬੈਠਣ ਦਾ ਕੀ ਪੋਜੀਸ਼ਨ ਵੀ, ਕਿੱਦਾਂ ਕਿੱਦਾਂ ਲੋਕ ਬੈਠਦੇ ਹੁੰਦੇ ਸੀਗੇ? ਬਹਿੰਦੇ ਇੱਥੇ ਹੀ ਸੀ, ਹੁਣ ਆਪਾਂ ਬੈਠੇ ਸੀ, ਫਿਰ ਸਵੇਰੇ ਬਹਿ ਜਾਂਦੇ ਸੀ। ਅੱਛਾ, ਹਾਂ, ਠੀਕ। ਫਿਰ ਲੋਕ ਖੁਸ਼ ਹੋ ਕੇ ਪੈਸੇ ਦਿੰਦੇ ਸੀਗੇ? ਪੈਸੇ, ਪਰ ਉਹ ਰੁਪਈਏ ਇੱਦਾਂ ਨਹੀਂ ਸੀ ਲੈਂਦਾ ਜਿਵੇਂ ਹੁਣ ਲੱਗ ਹੀ ਲੈਂਦੇ ਨੇ। ਉਸ ਵੇਲੇ ਕਿੱਦਾਂ ਲੈਂਦੇ? ਇੱਕ ਰੁਪਈਆ ਲੈਂਦਾ ਸੀ ਸਿਰਫ, ਇੱਕ ਬੰਦੇ ਕੋਲ 1 ਰੁਪਈਆ। ਅੱਛਾ, ਬਸ ਜੇ ਦੂਆ ਉਹਨੇ ਦਿੱਤਾ ਕਿਸੇ ਨੇ ਤਾਂ ਉਹਨੇ ਮੋੜ ਦੇਣਾ। ਅੱਛਾ, ਹਾਂ, ਤੁਹਾਨੂੰ ਫਿਰ ਪਤਾ ਵੀ ਡੋਗਰ ਛਪਾੜੀਏ ਦਾ ਬਈ ਆਖਰ 'ਤੇ ਬੰਦਾ ਬਈ ਕਿੱਧਰ ਨੂੰ ਉਹਦਾ ਪਤਾ ਹੋਵੇ, ਕਿੱਧਰ ਨੂੰ ਰਿਹਾ ਹੋਵੇ, ਕਿੱਥੇ ਗਿਆ, ਚਲਾ ਗਿਆ, ਕਿੱਥੇ ਰਹਿੰਦਾ ਕਿੱਥੇ ਸੀਗਾ? ਉਹ ਇੱਥੇ ਰਹਿੰਦਾ ਸੀ, ਫਿਰ ਕਮਾਲੀਏ, ਹਾਂ ਹਾਂ, ਇੱਕ ਉਹਦਾ ਮੁੰਡਾ ਸੀ। ਅੱਛਾ, ਉਹ ਫਿਰ ਇੱਥੋਂ ਉਹ ਰਾਜ ਉਹਨੂੰ ਨਾ ਡੋਗਰ ਨੂੰ ਲੈ ਗਏ ਸੀ, ਰਾਜਪੂਤ ਗੁਜਰਾਂ ਵਿੱਚ ਰਹਿੰਦੇ ਸੀ ਉਹ। ਅੱਛਾ, ਉਹਦੇ ਜਾਣੂ ਸੀਗੇ ਡੋਗਰ ਦੇ, ਹਾਂ ਹਾਂ, ਉਹ ਫਿਰ ਇੱਥੋਂ ਲੈ ਗਏ ਸੀ ਉਹਨੂੰ ਉੱਥੇ ਗੁਜਰਾਂ ਵਾਲੇ। ਹਾਂ, ਗੁਜਰਾਂ ਵਾਲੇ। ਅੱਛਾ, ਬਸ। ਅਤੇ ਤੁਹਾਡੇ ਕੋਲ ਜਦੋਂ ਇੱਥੇ ਨਵੇਂ ਕੱਕੀ ਕੋਨੇ ਆਇਆ ਨਵੇਂ ਚੱਕ 'ਚ ਗਾਉਣ ਲਈ ਆਖਰੀ ਦਫ਼ਾ, ਤੁਹਾਨੂੰ ਯਾਦ ਬੰਦਾ ਵੀ ਕਦੋਂ ਉਹ ਆਇਆ ਸੀਗਾ? ਇਹ ਤਾਂ ਹੁਣ ਸਾਨੂੰ ਤਾਂ ਕੋਈ ਨਹੀਂ ਯਾਦ ਹੈਗਾ, ਮਿਸਾਲ ਹੈ ਵੀ ਉੱਦਾਂ ਪਤਾ ਵੀ ਫਲਾਣੇ ਦੀ ਸ਼ਾਦੀ 'ਤੇ ਆਇਆ ਸੀ ਇੱਥੇ। ਅੱਛਾ, ਇੱਕ ਲੜਕੀ ਦੀ ਸ਼ਾਦੀ ਹੋਈ ਸੀ, ਉਹਦੇ 'ਚ ਉਹਨਾਂ ਨੇ ਬੁਲਾਇਆ ਸੀ, ਆਇਆ ਸੀ ਉਹ। ਨਹੀਂ, ਆ ਜਿਹੜੀ ਆ ਪਾਕਿਸਤਾਨ ਅਤੇ ਹਿੰਦੁਸਤਾਨ ਦੀ ਜੰਗ ਲੱਗੀ ਸੀਗੀ ਆ ਸਾਨੂੰ 71, ਜਿਹਦੇ 'ਚ ਮੁਲਕ ਸਾਡਾ ਟੋਟੇ ਹੋ ਗਿਆ ਸੀਗਾ, ਉਸ ਤੋਂ ਪਹਿਲੇ ਆਇਆ ਸੀਗਾ 71 ਦੀ ਜੰਗ ਤੋਂ ਪਹਿਲੇ ਆਇਆ ਸੀਗਾ? ਹਾਂ, ਪਹਿਲਾਂ ਆਇਆ ਸੀ, 71 ਜੰਗ ਤੋਂ ਪਹਿਲਾਂ ਆਇਆ। ਅੱਛਾ ਅੱਛਾ, ਅਤੇ ਮੇਲੇ ਤੁਹਾਡੇ ਕਿਸ ਕਿਸ ਜਗ੍ਹਾ 'ਤੇ ਲੱਗਦੇ ਸੀਗੇ? ਮੇਲੇ ਤਾਂ ਸਾਡੇ ਬਹੁਤ ਲੱਗਦੇ ਸੀ, ਤੁਹਾਨੂੰ ਦੱਸਿਆ ਤਾਂ ਵੀ ਕਬੱਡੀਆਂ ਦੇ ਹੋਣੀਆਂ, ਕਬਾ ਘੋਲ ਵੀ ਹੋਣੇ। ਨਹੀਂ, ਉਹ ਤਾਂ ਛੰਨੇ ਦੀ ਗੱਲ ਕਰਦੇ, ਜਰਗ ਦੇ ਮੇਲਾ ਤੁਸੀਂ ਦੇਖਿਆ? ਜਰਗ ਦਾ ਮੇਲਾ ਮੈਂ ਨਹੀਂ ਦੇਖਿਆ। ਅੱਛਾ, ਜਾ ਕੇ ਨਹੀਂ ਦੇਖਿਆ, ਉੱਦਾਂ ਸਾਡਾ ਭਰਾ ਜਾਂਦਾ ਰਿਹਾ, ਹੋਰ ਚਾਚੇ ਤਾਏ ਮਸਾਲਾ ਸਾਰੇ ਜਾਂਦੇ ਹੀ ਸੀ ਉੱਥੇ, ਮੈਂ ਨਹੀਂ ਗਿਆ। ਅੱਛਾ, ਠੀਕ ਠੀਕ। ਮੇਲੇ ਅਤੇ ਘੋਲ ਹੋਣੇ, ਘੋਲ, ਕਬੱਡੀ, ਗਾਉਣ ਵਜਾਉਣੇ ਵਾਲੇ ਆਉਣੇ, ਰਾਗ ਵਜਾਉਣੇ, ਕੋਈ ਯਾਦ ਪੈਂਦਾ ਵੀ ਉਸ ਵਕਤ ਲੋਕ ਜਿਹੜੇ ਗਵਾਈ ਹੁੰਦੇ ਸੀ ਕੀ ਕੁਝ ਗਾਉਂਦੇ ਸੀਗੇ? ਕੀ ਕੁਛ ਗਾਉਂਦੇ ਸੀ? ਮਤਲਬ ਕਿਹੜੀਆਂ, ਮਤਲਬ ਜਿਵੇਂ ਦਾਸਤਾਨਾਂ ਕੋਲ ਕਹਿੰਦੇ ਸਾਨੂੰ ਸੁਣਾਉਂਦੇ ਆ ਕਿ ਬਈ ਹੀਰ ਰਾਂਝਾ ਗਾਉਂਦੇ ਸੀਗੇ, ਜਿਹੜੇ ਕਿੱਸੇ ਹੈਗੇ ਕਹਾਣੀਆਂ, ਮਿਰਜ਼ਾ ਸਾਹਿਬਾਂ ਹੋ ਗਈ, ਉਹ ਸਾਰੇ ਰਾਗ ਗਾਉਂਦੇ ਸੀ। ਮਤਲਬ ਜਿਹੜਾ ਵੀ ਕਿਸੇ ਨੇ ਪਿੰਡ ਵਾਲਿਆਂ ਨੇ ਕਹਿੰਦਾ ਸਾਨੂੰ ਰਾਗ ਸੁਣਾ,
ਉਹਨਾਂ ਸੁਣਾਉਣਾ। ਅੱਛਾ, ਹੀਰ ਰਾਂਝਾ ਹੋ ਗਿਆ, ਮਿਰਜ਼ਾ ਸਾਹਿਬਾ ਹੋ ਗਿਆ, ਕੌਲਾ ਹੋ ਗਿਆ, ਪੂਰਨ ਹੋ ਗਿਆ, ਪੂਰਨ ਭਗਤ ਦਾ ਵੀ ਕਹਿੰਦੇ ਸੀਗੇ, ਪੂਰਨ ਭਗਤ ਦਾ ਵੀ ਕਿੱਸਾ ਸੁਣਾਉਂਦੇ। ਆਹੋ, ਉਹ ਵੀ ਸੁਣਦੇ ਸੀ ਲੋਕ, ਕੌਲਾ ਦਾ ਵੀ ਸੁਣਦੇ ਸੀ, ਹੀਰ ਰਾਂਝੇ ਦਾ ਵੀ ਸੁਣਦੇ ਸੀ, ਮਿਰਜ਼ੇ ਸਾਹਿਬਾਂ ਦਾ ਵੀ ਸੁਣਦੇ ਸੀ, ਦੁੱਲੇ ਦਾ ਵੀ ਸੁਣਦੇ ਸੀ, ਸਾਰੇ ਰਾਗ ਸੁਣਦੇ ਸੀ ਲੋਕ। ਅੱਛਾ, ਇਹ ਵਿਆਹਾਂ 'ਤੇ ਸੁਣਿਆ ਬੋਲੀਆਂ ਵੀ ਪਾਉਂਦੇ ਸੀਗੇ ਲੋਕ? ਹਾਂ, ਬੋਲੀਆਂ ਤਾਂ ਲੋਕ ਪਾਉਂਦੇ, ਪਰ ਸਿੱਖ ਜ਼ਿਆਦਾ ਪਾਉਂਦੇ ਸੀ। ਇਹ ਸਿੱਖਾਂ ਦਾ ਰਿਵਾਜ਼ ਜ਼ਿਆਦਾ ਸੀਗਾ ਔਰਤਾਂ ਦੇ ਬੋਲੀਆਂ ਪਾਉਣ ਦਾ, ਫਿਰ ਬੰਦਿਆਂ ਨੇ ਵੀ ਪਾਉਣੀਆਂ, ਜਨੇਤ ਵਾਲਿਆਂ ਨੇ, ਅਤੇ ਉਹਨਾਂ ਨੇ ਵੀ ਪਾਉਣੀਆਂ। ਅੱਛਾ, ਇਹ ਤਾਂ ਹੁੰਦਾ ਸੀ ਕੰਮ। ਅਤੇ ਜਿਵੇਂ ਬੱਚੇ ਜਾਂਦੇ ਵਿਆਹ 'ਤੇ, ਮਤਲਬ ਇਹੋ ਜਿਹੀ ਤਾਂ ਲਾਜ਼ਮੀ ਗੱਲ ਹੈ, ਬੱਚੇ ਵਿਆਹ ਦੇਖਣ ਤੋਂ ਚਲੇ ਜਾਂਦੇ ਹੋਣੇ, ਜਦੋਂ ਬੋਲੀਆਂ ਪਾਉਣੇ ਤਾਂ ਫਿਰ ਤੁਸੀਂ ਵੀ ਸੁਣਦੇ ਸੀਗੇ? ਬੱਚੇ ਜਾਂਦੇ ਹੁੰਦੇ ਨੇ ਵਿਆਹ 'ਚ, ਤੁਸੀਂ ਵੀ ਗਏ ਬੋਲੀਆਂ ਸੁਣਨ? ਗਏ? ਨਹੀਂ, ਮੈਂ ਨਹੀਂ ਗਿਆ। ਅੱਛਾ, ਮੈਂ ਨਹੀਂ ਗਿਆ। ਉੱਦਾਂ ਜਨੇਤਾ ਚਲੋ ਆਉਂਦੀਆਂ ਤਾਂ ਦੇਖੀਆਂ ਨੇ, ਉਹ ਤਾਂ ਠੀਕ ਹੈ, ਉੱਦਾਂ ਗਏ ਨਹੀਂ ਵਿੱਚ। ਕੋਈ ਬੋਲੀਆਂ ਯਾਦ ਪੈਂਦੀਆਂ ਵੀ ਕਿੱਦਾਂ ਦੀਆਂ ਬੋਲੀਆਂ ਗਾਉਂਦੇ ਸੀ? ਨਹੀਂ, ਗਵਾਈਆਂ ਦੇ ਮਤਲਬ ਉਹ ਵੀ ਰਾਗ ਵੀ ਨਹੀਂ ਯਾਦ ਵੀ ਕਿਹੜਾ, ਕੋਈ ਕੋਈ ਰਾਗ ਯਾਦ ਨਹੀਂ ਹੈ। ਅੱਛਾ, ਇਹ ਦੱਸਿਆ ਵੀ ਤੁਹਾਡੇ ਉਸ ਵਕਤ ਪਿੰਡ ਦੇ ਵਿੱਚ ਕਿਸੇ ਕੋਲ ਰੇਡੀਓ ਸੀਗਾ? ਨਹੀਂ, ਉੱਧਰ ਤਾਂ ਕੋਈ ਰੇਡੀਓ ਨਹੀਂ ਹੁੰਦੇ। ਇੱਕ ਤਵੇ ਵਾਲੀ ਮਸ਼ੀਨ ਹੁੰਦੀ ਸੀਗੀ, ਉਹ ਤਵੇ ਵਾਲੀ ਮਸ਼ੀਨ ਵੀ ਉੱਧਰ ਮੈਂ ਨਹੀਂ ਦੇਖੀ, ਅੱਛਾ ਕਹਿੰਦਾ ਦੇਖੀ ਉਹ। ਅੱਛਾ, ਇਸ ਪਿੰਡ 'ਚ ਠੀਕ ਆ, ਕਿਸੇ ਕੋਲ ਸਾਈਕਲ ਦੇਖਿਆ ਹੋਵੇ ਉੱਥੇ? ਸਾਈਕਲ ਵੀ ਹਿੰਦੁਸਤਾਨ 'ਚ ਮੈਂ ਨਹੀਂ ਦੇਖਿਆ। ਆਪਣੇ ਪਿੰਡ ਹਿੰਮਤਗੜ੍ਹ ਛੰਨੇ ਤੁਸੀਂ ਸਾਈਕਲ ਵੀ ਨਹੀਂ ਦੇਖਿਆ? ਮੈਂ ਨਹੀਂ ਦੇਖਿਆ। ਠੀਕ ਆ, ਹੋਊਗਾ ਕਿਸੇ ਕੋਲ, ਮੈਂ ਦੁਪਹਿਰ ਦੇਖਿਆ ਨਹੀਂ। ਅੱਛਾ, ਇਹ ਤੁਹਾਨੂੰ ਯਾਦ ਪੈਂਦਾ ਵੀ ਉਸ ਵਕਤ ਉਸ ਪਿੰਡ ਦੇ ਨੰਬਰਦਾਰ ਕੌਣ ਸੀਗੇ ਹਿੰਮਤਗੜ੍ਹ ਛੰਨਾ? ਨੰਬਰਦਾਰ ਇੱਕ ਸ਼ੇਰ ਮੁਹੰਮਦ ਸੀ, ਇੱਕ ਖੁਸ਼ੀ ਮੁਹੰਮਦ। ਅੱਛਾ, ਇਹ ਦੋ ਨੰਬਰਦਾਰ ਸੀ। ਦੋ ਨੰਬਰਦਾਰ ਸੀਗੇ ਉਹ, ਫਿਰ ਜਦੋਂ ਉਹ ਵੀ ਤੁਹਾਡੇ ਨਾਲ ਉੱਜੜ ਕੇ ਆ ਗਏ? ਸਾਰੀ ਦੁਨੀਆ ਆ ਗਈ। ਨਹੀਂ, ਮਕਸਦ ਉਹ ਫਿਰ ਇੱਥੇ ਕਿੱਥੇ ਆ ਕੇ ਵਸੇ, ਕੋਈ ਪਤਾ ਉਹਨਾਂ ਦਾ? ਉਹਨਾਂ ਦਾ ਨਹੀਂ ਪਤਾ ਵੀ ਕਿੱਧਰ ਕਿੱਧਰ, ਫਿਰ ਤੁਹਾਨੂੰ ਦੱਸਿਆ ਵੀ ਜਿੱਧਰ ਕਿਸੇ ਦੀ ਜਾਣ ਪਛਾਣ ਸੀ ਉੱਧਰ ਉੱਧਰ ਚਲੇ ਗਏ ਲੋਕ। ਨਹੀਂ, ਜਿਵੇਂ ਤੁਸੀਂ ਦੱਸ ਰਹੇ ਨਾ ਕਿ ਵੀ ਤੁਹਾਡਾ ਪੂਰਾ ਪਿੰਡ ਉੱਜੜ ਕੇ ਜਦੋਂ ਆਇਆ ਤਾਂ ਇੱਥੇ ਇਕੱਠਾ ਹੋ ਕੇ ਬਹਿ ਗਿਆ ਇੱਥੇ, ਅਤੇ ਹੋ ਸਕਦਾ ਮੈਂ ਤਾਂ ਪੁੱਛਿਆ ਵੀ ਉਹਨਾਂ 'ਚ ਉਹ ਵੀ ਸੀਗੇ ਜਾਂ ਉਹ ਸ਼ਾਮਿਲ ਨਹੀਂ, ਜਾਂ ਉਹਨਾਂ ਦਾ ਨਹੀਂ ਪਤਾ ਲੱਗਾ? ਉਹ ਹੁਣ ਵੀ ਇੱਥੇ ਨੇ, ਇੱਕ ਸ਼ੇਖੂਪੁਰ 'ਚ ਨੇ, ਇੱਕ ਨੰਬਰਦਾਰ ਦਾ ਗੁਣ ਬਾ, ਅਤੇ ਦੂਆ ਇੱਥੇ ਆ ਟਿੱਬੇ ਵਾਲੀ ਬਣੀ ਤੇ। ਅੱਛਾ, ਉਹਨਾਂ 'ਚ ਕੋਈ ਵੱਡਾ ਵਡਾਰੂ ਕੋਈ ਜੀਂਦਾ ਹਾਲੇ? ਵਡਾਰੂ ਤਾਂ ਉਹਨਾਂ ਦਾ ਹੁਣ ਕੋਈ ਨਹੀਂ ਹੈ, ਮੁੰਡੇ ਹੀ ਨੇ, ਮੁੰਡੇ ਹੀ ਆ। ਅੱਛਾ ਅੱਛਾ, ਵਡਾਰੂ ਸਿਆਣਾ ਕੋਈ ਨਹੀਂ ਉਹਨਾਂ ਦਾ, ਮੁੰਡੇ। ਅੱਛਾ, ਹੁਣ ਕਦੀ ਤੁਹਾਨੂੰ ਆਪਣਾ ਹਿੰਮਤਗੜ੍ਹ ਛੰਨਾ ਯਾਦ ਆਇਆ? ਯਾਦ ਤਾਂ ਆ ਜਾਂਦਾ। ਕੀ ਯਾਦ ਆਉਂਦਾ? ਕੀ ਯਾਦ ਆਉਂਦਾ ਤੁਹਾਨੂੰ? ਕੀ ਯਾਦ ਆਉਂਦਾ? ਇਹ ਯਾਦ ਹੁਣ ਇੱਦਾਂ ਹੀ ਨਾ, ਮਸਾਲਾ ਵੀ ਇੱਥੇ ਬੈਠਿਆ, ਇੱਥੇ ਬੈਠੇ ਤਾਂ ਬੰਦੇ 'ਤੇ ਹਰ ਗੱਲ ਹਾਲ ਆ ਜਾਂਦੀ ਹੈ ਵੀ ਫਲਾਣੀ ਸਾਡੀ ਫਸਲ ਹੁੰਦੀ ਸੀ ਜਾਂ ਫਲਾਣੇ ਪਾਸੇ ਰਸਤਾ ਹੁੰਦਾ ਸੀ ਜਾਂ ਫਲਾਣੇ ਪਾਸੇ ਜਾਂਦੇ ਸੀ, ਪਰ ਇੱਦਾਂ ਦੀ ਯਾਦ ਆ ਜਾਂਦੀ ਹੈ ਫਿਰ। ਅੱਛਾ, ਜਾਂ ਬੇਰੀਆਂ ਜ਼ਿਆਦਾ ਹੁੰਦਾ ਸੀ, ਬੇਰ ਖਾਂਦੇ ਸੀ, ਹੈਂ ਬਸ। ਦਿਲ ਕਰਦਾ ਦੇਖਣ ਨੂੰ? ਦੇਖਣ ਤਾਂ ਕਦੇ ਦਿਲ ਨਹੀਂ ਮੰਨਿਆ, ਨਾ ਮੰਨਿਆ ਨਹੀਂ ਕਦੇ ਦਿਲ। ਅੱਛਾ, ਜਾਣ ਨੂੰ ਦਿਲ ਨਹੀਂ ਮੰਨਦਾ? ਨਹੀਂ ਮੰਨਦਾ, ਨਹੀਂ, ਇਹ ਨਹੀਂ ਕਦੇ ਸ਼ੌਕ ਹੋਇਆ ਵੀ ਜਾਈਏ ਉੱਧਰ ਦੇਖੀਏ, ਇਹ ਕਦੇ ਨਹੀਂ ਹੋਇਆ। ਅੱਛਾ, ਵੈਸੇ ਮੇਰਾ ਇਹ ਪਹਿਲਾ ਮੁੰਡਾ ਹੈਗਾ ਵਾ, ਮੈਨੂੰ ਜਿਵੇਂ ਸੁਣਨਾ ਕੰਨਾਂ 'ਤੇ ਕਿ ਜਿਹੜਾ ਬੰਦਾ ਪਹਿਲੀ ਵਾਰੀ ਮੈਂ ਕੰਨਾਂ 'ਤੇ ਮੇਰੇ 'ਤੇ ਪਈ ਹੈ ਗੱਲ ਕਿ ਜਿਹੜਾ ਬੰਦਾ ਜਿੱਥੇ ਜੰਪਲ ਹੋਈ ਹੋਵੇ ਅਤੇ ਉਹਦਾ ਦਿਲ ਉੱਥੇ ਜਾਣ ਨੂੰ ਨਾ ਕਰਦਾ ਹੋਵੇ। ਉਹ ਤੋਂ ਮੇਰੀ ਗੱਲ ਸੁਣ ਲਓ, ਹਾਂਜੀ, ਵੀ ਕਿਉਂ ਨਹੀਂ ਦਿਲ ਕੀਤਾ? ਇਹ ਦਿਲ ਉਹਨਾਂ ਲੋਕਾਂ ਦਾ ਤਾਂ ਕਰਦਾ ਹੈ। ਉਹ ਕਹਿੰਦੇ ਨੇ ਇੰਡੀਆ ਦਾ ਜਿਹੜਾ ਸੀ ਨਾ ਮੁਲਕ, ਬਹੁਤ ਚੰਗਾ ਰੰਗੀਲਾ ਮੁਲਕ ਸੀ ਜੀ, ਸੋਹਣਾ ਮੁਲਕ ਸੀ, ਬੜਾ ਚੰਗਾ ਸੀ, ਰੌਣਕ ਬੜੀ ਸੀ। ਉਹ ਲੋਕ ਪਰ ਦੇਖਦੇ ਨੇ, ਕਹਿੰਦੇ ਨੇ ਜਿਹੜੇ ਲੋਕਾਂ ਦਾ ਉਹ ਸ਼ੌਕ ਸੀਗਾ। ਅਸੀਂ ਉਹਨਾਂ ਦੇ ਹਾਲਾਤ ਇੱਧਰ ਵੀ ਦੇਖਦੇ ਹਾਂ ਟੈਲੀਵਿਜ਼ਨਾਂ 'ਚ, ਉੱਧਰ ਮਸਾਲਾ ਯਸ਼ੀ ਜ਼ਿਆਦਾ ਸੀ, ਆਜ਼ਾਦਗੀ ਜ਼ਿਆਦਾ ਸੀ, ਇਸ ਵਾਸਤੇ ਦਿਲੇ ਨਹੀਂ ਮੰਨਦਾ ਵੀ ਉਹਨਾਂ 'ਤੇ ਜਾ ਕੇ ਦੇਖੀਏ। ਨਹੀਂ, ਤੁਸੀਂ ਤਾਂ ਆਪਣਾ ਜਾ ਕੇ ਦੇਸ਼ ਦੇਖਣਾ, ਆਪਣਾ ਘਰ ਦੇਖਣਾ, ਆਪਣੇ ਜਿਵੇਂ ਬੰਦਾ ਹੁੰਦਾ ਉਹਦੀ ਗੱਲ ਕਰਦਾ, ਬਾਕੀ ਤਾਂ ਮੈਂ। ਚਲੋ ਜੀ, ਹੁਣ ਘਰ ਵੀ ਦੇਖ ਲਿਓ, ਖਬਰ ਉੱਥੇ ਕੀ ਪੱਕੇ ਮਕਾਨ ਬਣੇ ਹੋਣਗੇ ਕਿ ਮਹਿਲ ਕਿਸੇ ਦੇ ਬਣੇ ਆ, ਸਾਨੂੰ ਕੀ ਫਰਕ? ਕੋਈ ਸਮਝਦਾਰੀ ਦੀ ਕੋਈ ਗੱਲ ਸੁਣਾਓ ਨਾ ਵੀ ਜਾ ਕੇ ਉਹ ਇਸ 'ਤੇ ਅਮਲ ਕਰਨ ਅਤੇ ਉਹ ਅੱਛੇ ਤੋਂ ਅੱਛੀ ਜ਼ਿੰਦਗੀ ਗੁਜ਼ਾਰ। ਅਸੀਂ ਦੀਨ ਦੀ ਮੁਤਲਕ ਹਦਾਇਤ ਦੇਵਾਂਗੇ, ਜ਼ਰੂਰ ਦਿਓ ਜੀ, ਬਿਸਮਿਲ੍ਲਾ ਕਰੋ। ਹਾਂਜੀ, ਦਿਓ ਕੋਈ ਹਦਾਇਤ? ਹਦਾਇਤ ਤਾਂ ਦੀਨ ਦੀ ਮੁਤਲਕ ਦੇਣੀ ਹੈ, ਹੋਰ ਮਸਾਲਾ ਲੜਾਈ ਝਗੜਿਆਂ ਤੋਂ, ਡਕੈਤੀਆਂ ਤੋਂ, ਚੋਰੀਆਂ ਤੋਂ, ਇਹਨਾਂ ਤੋਂ ਮਸਾਲਾ ਵੀ ਉਹਨਾਂ ਨੂੰ ਹਟਾਉਣਾ ਹੈ, ਰੋਕਣਾ ਹੈ, ਇਹ ਕੰਮ ਨਹੀਂ ਕਰਨਾ ਹੈ। ਠੀਕ ਆ, ਹਾਂਜੀ, ਇਹ ਕੰਮ ਕਰੋ ਜਿਹੜਾ ਇਮਾਨਦਾਰੀ ਦਾ ਹੋਵੇ, ਸਹੀ ਹੋਵੇ, ਉਹੋ ਜਿਹੇ ਕੰਮ ਕਰੋ ਜਿਹਦੇ ਵਿੱਚ ਦੁਨੀਆਂ ਨੂੰ ਵੀ ਸਕੂਨ ਹੋਵੇ, ਆਪਣੇ ਵੀ ਸਕੂਨ ਹੋਵੇ। ਹਾਂਜੀ।